ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਸਾਂਖ ਮੋਨ ਲੇਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਗੁਰੂ ਪਿਆਰੀ ਸਾਧ ਸੰਗਤ ਜੀ ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪਾਂ 16 ਨੰਬਰ ਪੌੜੀ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਅੱਜ ਆਪਾਂ 17 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ ਜਿਵੇਂ ਕਿ ਆਪਾਂ ਪਹਿਲਾਂ ਪੌੜੀਆਂ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਇਹਨਾਂ ਪੌੜੀਆਂ ਦੇ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਨੇ ਸਿੱਖਿਆ ਦਿੱਤੀ ਹੈ ਕਿਵੇਂ ਮਨੁੱਖ ਨੇ ਸਚਾਰਾ ਬਣਨਾ ਹੈ ਕਿਵੇਂ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਬਣਾਉਣਾ ਹੈ ਜਿਵੇਂ ਕਪੜਾ ਉਹ ਹੀ ਹੁੰਦਾ ਜ ਜਿਹਨੂੰ ਕਪੜੇ ਉੱਤੇ ਕਸੀਦਾ ਕੱਢਿਆ ਜਾਂਦਾ ਹੈ ਉਤੇ ਫੁੱਲ ਬੂਟੇ ਪਾਏ ਜਾਂਦੇ ਨੇ ਤੇ ਕਪੜੇ ਦੀ ਕੀਮਤ ਵੱਧ ਜਾਂਦੀ ਹੈ ਇਦਾਂ ਮਨ ਸਾਰਿਆਂ ਕੋਲ ਹੀ ਹੈ ਪਰ ਜਦੋਂ ਇਹਦੇ ਮਨ ਦੇ ਉੱਤੇ ਗੁਣਾਂ ਦਾ ਕਸੀਦਾ ਕੱਢਿਆ ਜਾਂਦਾ ਹੈ ਗੁਣ ਜੀਵਨ ਦੇ ਵਿੱਚ ਆਉਂਦੇ ਨੇ ਤੇ ਮਨੁੱਖ ਹੋਰ ਖੂਬ ਸੂਰਤ ਬਣਦਾ ਹੈ ਵੇਖੋ ਜਿਹੜੇ ਸਰੀਰ ਦੀ ਸੁੰਦਰਤਾ ਹੈ ਨਾ ਇਹ ਵਕਤ ਨਾਲ ਢਲ ਜਾਂਦੀ ਹੈ ਜੋ ਬਚਪਨ ਚ ਹੁੰਦੀ ਹੈ ਕਈ ਵਾਰੀ ਜਵਾਨੀ ਚ ਉਹ ਸੁੰਦਰਤਾ ਨਹੀਂ ਹੁੰਦੀ ਜਿਹੜੀ ਜਵਾਨੀ ਚ ਹੁੰਦੀ ਹੈ ਬਢੇਪੇ ਤੱਕ ਜਾਂਦੇ ਆ ਕਈ ਵਾਰੀ ਫਰਕ ਪੈ ਜਾਂਦਾ ਪਰ ਜਿਹੜੀ ਮਨ ਦੀ ਸੁੰਦਰਤਾ ਹੈ ਨਾ ਇਹਦਾ ਉਮਰ ਨਾਲ ਕੋਈ ਤਕਾਜ਼ਾ ਨਹੀਂ ਇਹ ਤੇ ਜੇ ਗੋਣੇ ਦੇ ਵਿੱਚ ਹੈਗੇ ਤੇ ਉਸ ਦਾ 90 ਸਾਲ ਤੱਕ ਇੰਨੀ ਖੂਬਸੂਰਤ ਹੋਵੇ ਲੋਕ ਬਜ਼ੁਰਗ ਨੂੰ ਪੁੱਛ ਕੇ ਤੁਰਦੇ ਨੇ ਵੀ ਆਹ ਕੰਮ ਕਰੀਏ ਕਿ ਨਾ ਕਰੀਏ ਤੋ ਜਿਹੜੀ ਮਨ ਦੀ ਸੁੰਦਰਤਾ ਨਾ ਇਹ ਬਰਕਰਾਰ ਰਹਿਣੀ ਹੈ ਸਦਾ ਰਹਿਣੀ ਹਮੇਸ਼ਾ ਰਹਿਣੀ ਹੈ ਤੋ ਇਹ ਮਨ ਦੀ ਸੁੰਦਰਤਾ ਮਿਲਣੀ ਹੈ ਗੁਣਾ ਨਾਲ ਵਿਚਾਰਾਂ ਨਾਲ ਤੋ ਪਾਦਸ਼ਾਹ ਇਤੇ ਬਹੁਤ ਪਿਆਰੇ ਸ਼ਬਦ ਵਰਤ ਰਹੇ ਨੇ ਕੁਦਰਤ ਕਵਣ ਤਹਾ ਵਿਚਾਰੇ ਮੇਰੇ ਮਾਲਕ ਜੀ ਮੈਂ ਤੁਹਾਡੀ ਕੁਦਰਤ ਕੁਦਰਤਦਾਰ ਤੇ ਤਾਕਤ ਮੇਰੀ ਕੀ ਪਾਇਆ ਹੈ ਮੇਰੀ ਕੀ ਤਾਕਤ ਹੈ ਕਿ ਮੈਂ ਤੁਹਾਡੇ ਏਡੇ ਵੱਡੇ ਪਸਾਰੇ ਦੀ ਮਹਾਰਾਜ ਵਿਆਖਿਆ ਕਰ ਸਕਾਂ ਉਹਨੂੰ ਬਿਆਨ ਕਰ ਸਕਾਂ ਬਿਆਨ ਕਰਨਾ ਤੇ ਬਹੁਤ ਦੂਰ ਵਾਰਿਆਂ ਨਾ ਜਾਵਾਂ ਇੱਕ ਵਾਰ ਮੇਰੇ ਕੋਲ ਤੇ ਇੱਕ ਵਾਰ ਕੁਰਬਾਨ ਵੀ ਨਹੀਂ ਹੋਇਆ ਜਾਣਾ ਬੀ ਜੇ ਮੈਂ ਇੱਕ ਵਾਰ ਮੈਂ ਇੱਕ ਵਾਰ ਏਦਾਂ ਕੁ ਮ ਕੁਰਬਾਨ ਹੂੰ ਇਹ ਲਬਜ ਵੀ ਦੀ ਮੇਰੇ ਕੋਲ ਬੋਲਿਆ ਜਾਣਾ ਵੀ ਉਹ ਹੈ ਹੀ ਏਡਾ ਵੱਡਾ ਏਡਾ ਉਹਦਾ ਪਸਾਰਾ ਵਾ ਵੀ ਏਡੇ ਵੱਡੇ ਪਸਾਰੇ ਵਾਸਤੇ ਮੇਰੇ ਕੋਲ ਤੇ ਲਬਜ ਵੀ ਹੈ ਨਹੀਂ ਬਿਆਨ ਕਰਨਾ ਤੇ ਬਹੁਤ ਦੂਰ ਦੀ ਗੱਲ ਐ ਤੋ ਕੁਦਰਤ ਕਵਣ ਮੇਰੀ ਕੀ ਪਾਏ ਕੁਦਰਤ ਕਵਣ ਕਹਾਂ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਹਾਂ ਜੋ ਤੁਧ ਪਾਵੇ ਜੋ ਤੁਹਾਨੂੰ ਪਾਉਂਦਾ ਸਾਈ ਭਲੀਕਾਰ ਉਹ ਕੰਮ ਮੈਨੂੰ ਵੀ ਚੰਗਾ ਲੱਗ ਜੇ ਮਾਸ ਮੇਰੀ ਤੇ ਇਹ ਬੇਨਤੀ ਹੈ ਮਾਲਕ ਜੀ ਕਿ ਮੈਂ ਉਸ ਰਜਾ ਨੂੰ ਆਪਣੀ ਜ਼ਿੰਦਗੀ ਚ ਢਾਲ ਸਕਾਂ ਉਸ ਰਜਾ ਮੁਤਾਬਕ ਆਪਣੀ ਜ਼ਿੰਦਗੀ ਬਣਾ ਸਕਾਂ ਮੈਂ ਉਸ ਰਜਾ ਦੀ ਪਾਲਣਾ ਕਰ ਸਕਾਂ ਹੁਕਮ ਵਿੱਚ ਤੁਰ ਸਕਾਂ ਕਿਉਂਕਿ ਹੁਕਮ ਹੀ ਇੱਕ ਐਸਾ ਉਹ ਉਹ ਮਹਾਨ ਖਜ਼ਾਨਾ ਦਾਤ ਹੈ ਜਿਹਨੂੰ ਪਾਲ ਕੇ ਜਿਹਨੂੰ ਮੰਨ ਕੇ ਮੈਂ ਸਚਿਆਰੇ ਦਾ ਰੂਹ ਬਣ ਸਕਦਾ ਕਿਉਂਕਿ ਆਪਾਂ ਪਿਛੇ ਪੜੇ ਵੀ ਨਾਨਕ ਹੁਕਮੇ ਜੇ 부ਝੈ ਤਾਂ ਹੋਵੇਂ ਕਹੇ ਨਾ ਕੋਈ ਤੋ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਮਾਲਕ ਜੀ ਤੁਸੀਂ ਸਦੀਵ ਰਹਿਣ ਵਾਲਿਓ ਸਦਾ ਸਲਾਮਤ ਹੋ ਨਿਰੰਕਾਰ ਹੈ ਨਿਰੰਕਾਰ ਪਾਤਸ਼ਾਹ ਜੀ ਹੁਣ ਇਹ ਜਿਹੜੀ ਆਪਾਂ 16 ਨੰਬਰ ਪੌੜੀ ਪਹਿਲਾਂ ਸਾਧ ਸੰਗਤ ਜੀ ਵਿਚਾਰ ਕੀਤੀ ਏ ਉਹਦੀਆਂ ਵੀ ਅਖੀਲੀਆਂ ਤੁਕਾਂ ਇਹੋ ਹੀ ਨੇ ਇਹ 17 ਤੇ 18 ਤੇ 19 ਇਹ ਜਿਹੜੀਆਂ ਅਖੀਲੀਆਂ ਚਾਰ ਪੰਕਤੀਆਂ ਨੇ ਇਹਨਾਂ ਸਾਰੀਆਂ ਚਾਰ ਪੌੜੀਆਂ ਦੀਆਂ ਪੰਕਤੀਆਂ ਚਾਰੇ ਦੀਆਂ ਚਾਰੇ ਰਲਦੀਆਂ ਨੇ ਆਪਸ ਵਿੱਚ ਤੋ ਖੈਰ ਆਪਾਂ ਗੱਲ ਕਰ ਰਹੇ ਸੀ ਜਿਵੇਂ ਆਪਾਂ ਪਹਿਲੀਆਂ ਪੌੜੀਆਂ ਚ ਸਰਵਣ ਕਰ ਚੁੱਕੇ ਆ ਕਿ ਸੁਣ ਸਮਝ ਕੇ ਜ਼ਿੰਦਗੀ ਦੇ ਵਿੱਚ ਕਿਵੇਂ ਗੁਣ ਧਾਰਨ ਕਰਨੇ ਆ 8 9 10 11 ਨੰਬਰ ਪੌੜੀ ਚ ਵਿਚਾਰ ਦਿੱਤੀ ਉਸ ਤੋਂ ਬਾਅਦ ਅੱਗੇ 12 13 14 ਤੇ 15 ਵਿੱਚ ਗੁਰਦੇਵ ਜੀ ਨੇ ਜਿਹੜਾ ਮਨੋਕ ਗੁਰੂ ਦੀ ਗੱਲ ਮੰਨ ਲੈਂਦਾ ਉਹਦੇ ਜੀਵਨ ਚ ਕੀ ਤਬਦੀਲੀ ਆਉਂਦੀ ਹੈ ਫਿਰ ਅੱਗੇ 16 ਨੰਬਰ ਪੌੜੀ ਚ ਪੰਚ ਪ੍ਰਵਾਨ ਪੰਚ ਕੌਣ ਹੈ ਜਿਹੜਾ ਮਨੁੱਖ ਸੁਣ ਕੇ ਸਮਝ ਕੇ ਜ਼ਿੰਦਗੀ ਚ ਗੱਲ ਧਾਰਨ ਕਰ ਲੈਂਦਾ ਉਹ ਫਿਰ ਪੰਚ ਬਣ ਜਾਂਦਾ ਹੈ ਪੰਚ ਪ੍ਰਵਾਨ ਜਿਹਦੀ ਸੁਰਤ ਸ਼ਬਦ ਨਾਲ ਇੱਕਮਿਕ ਹੋ ਗਈ ਗੁਰਦੇਵ ਜੀ ਕਹਿੰਦੇ ਨੇ ਉਹ ਫਿਰ ਪ੍ਰਵਾਨ ਹੋ ਜਾਂਦਾ ਹੈ ਫਿਰ ਉਹ ਹੀ ਮਨੁੱਖ ਜੇ ਕੋ ਬੁਝੇ ਕੀ ਬੁਝੇ ਸਤ ਸੰਤੋਖ ਦਇਆ ਧਰਮ ਵਾਲੀ ਗੱਲ ਇਸ ਨੂੰ ਕਿ ਧਰਤੀ ਨੂੰ ਕਿਸੇ ਬੈਲ ਨੇ ਨਹੀਂ ਚੱਕਿਆ ਭਾਵੇਂ ਮੈਂ ਆਪਣੇ ਹਿਰਦੇ ਦੀ ਧਰਤੀ ਜਿਹੜੀ ਹੈ ਉਸ ਧਰਮ ਰੂਪੀ ਬੈਲ ਦੇ ਆਸਰੇ ਤੇ ਖਿਲਾਰਨੀ ਹੈ ਜਦੋਂ ਇੱਥੇ ਧਰਮ ਹਿੱਲੇਗਾ ਸੰਤੋਖ ਜਾਏਗਾ ਤੇ ਜ਼ਿੰਦਗੀ ਮੇਰੀ ਬੇਸਵਾਦੀ ਹੋ ਜਾਏਗੀ ਜੇ ਕੋ ਬੁਝੇ ਜੇ ਕੋ ਇਸ ਵਿਚਾਰ ਨੂੰ ਬੁਝ ਲਵੇ ਹੋਵੇ ਸਚਿਆਰ ਤਾਂ ਫਿਰ ਪਾਸ਼ਾ ਗੇ 17 ਨੰਬਰ ਪੌੜੀ ਵਿਚਾਰ ਇਹ ਦੇ ਰਿਹਾ ਹੁਣ ਇੱਥੇ ਆਪਾਂ 17 ਤੇ 18 ਨੰਬਰ ਪੌੜੀ ਜਿਹੜੇ ਸਰੋਤੇ ਬਾਣੀ ਸਮਝ ਕੇ ਪੜਨ ਵਾਲੇ ਬੈਠੇ ਆ ਉਹ ਏ ਇਦਾਂ ਧਿਆਨ ਨਾਲ ਸੁਣਿਓ ਕਿ 17 ਤੇ 18 ਨੰਬਰ ਪੌੜੀ ਆਪਾਂ ਇਕੱਠਿਆਂ ਜੋੜ ਕੇ ਵਿਚਾਰਨੀ ਆ ਕਿਉਂਕਿ ਦੋਹਾਂ ਦਾ ਪ੍ਰਕਰਨ ਇੱਕ ਹੈ ਹੁਣ ਇੱਕ ਪੌੜੀ ਚ ਆਖਿਆ ਵੀ ਇੱਥੇ ਅਸੰਖ ਲੋਕ ਕਿਉਂਕਿ ਹੁਣ ਗੱਲ ਚੱਲੀ ਵੀ ਕੁਦਰਤ ਕਮਣ ਮੇਰੀ ਕੀ ਪਾਇਆ ਮੈਂ ਤੁਹਾਡੀ ਕੁਦਰਤ ਦੀ ਵਿਆਖਿਆ ਕਰ ਸਕਾਂ ਮੈਂ ਤੁਹਾਡੀ ਕੁਦਰ ਦਾ ਅੰਤ ਪਾ ਸਕਾਂ ਤਾਂ ਉਸ ਕੁਦਰ ਦਾ ਜਿਹੜਾ ਅੰਤ ਪਾਉਣ ਦੀ ਗੱਲ ਆਈ ਕਹਿਣ ਲੱਗੇ ਮਹਾਰਾਜ ਵਾਰਿਆ ਨਾ ਜਾਵਾਂ ਇੱਕ ਵਾਰ ਮੇਰੇ ਕੋਲ ਤੇ ਇੱਕ ਵਾਰ ਵਾਰਿਆ ਵੀ ਨਹੀਂ ਜਾ ਮੈਂ ਤੇ ਕੁਰਬਾਨ ਵੀ ਨਹੀਂ ਜਾ ਸਕਦਾ ਹੁਣ ਇੱਥੇ ਲਬਜ ਵਰਤਾ ਅਸੰਖ ਅਸੰਖ ਕੀ ਹੈ ਵੀ ਜਿਹਦੀ ਗਿਣਤੀ ਨਾ ਹੋ ਸਕੇ ਜਿਹਦੇ ਵਾਸਤੇ ਤੁਸੀਂ ਕੋਈ ਮੈਥ ਵਾਲਾ ਸ਼ਬਦੀ ਨਾ ਵਰ ਸਕੋ ਕਿ ਕੋਈ ਤੁਸੀਂ حساب ਕਰਤਵਾਂ ਉਹਨਾਂ ਸ਼ਬਦੀ ਨਾਲ ਵਰ ਸਕੋ ਜਿਹੜਾ ਤੁਸੀਂ ਕਰੋੜ ਆ ਅਰਬ ਖਰਬ ਇਹ ਸ਼ਬਦ ਵੀ ਉਹਨਾਂ ਵਾਸਤੇ ਛੋਟੇ ਨੇ ਵੀ ਅਸੰਖ ਭਾਵ ਜਿਹਦੇ ਵਾਸਤੇ ਕੋਈ ਗਿਣਤੀ ਵਾਲਾ ਸ਼ਬਦ ਹੀ ਹੈ ਨਹੀਂ ਕਹਿੰਦੇ ਅਸੰਖ ਜਪ ਅਸੰਖ ਲੋਕ ਜਪੀਨੇ ਅਸੰਖ ਲੋਕ ਪਿਆਰ ਕਰਨ ਵਾਲੇ ਨੇ ਅਸੰਖ ਲੋਕ ਪੂਜਾ ਕਰਨ ਵਾਲੇ ਨੇ ਅਸੰਖ ਲੋਕ ਤਪ ਕਰਨ ਵਾਲੇ ਨੇ ਅਸੰਖ ਲੋਕ ਗ੍ਰੰਥਾਂ ਦਾ ਪਾਠ ਕਰਨ ਵਾਲੇ ਬੈਠੇ ਨੇ ਅਸੰਖ ਲੋਕ ਐ ਮੋਨ ਸਮਾਧੀਆਂ ਲਾ ਕੇ ਬੈਠੇ ਨੇ ਅਸੰਖ ਲੋਕ ਗੁਣਾਂ ਦੀ ਵਿਚਾਰ ਕਰਨ ਵਾਲੇ ਬੈਠੇ ਨੇ ਅਸੰਖ ਲੋਕ ਦਾਤੇ ਨੇ ਅਸੰਖ ਲੋਕ ਇਹ ਧਰਮੀਆਂ ਖਵਾਉਣ ਵਾਲੇ ਬੈਠੇ ਨੇ ਅਸੰਖ ਸੂਰਮੇ ਨੇ ਅਸੰਖ ਜਿਹੜੇ ਨੇ ਉਹ ਆਪਣੇ ਆਪ ਨੂੰ ਬਹਾਦਰ ਕਹਿੰਦੇ ਨੇ ਅੱਛਾ ਜੀ ਅਸੰਖ ਸੰਖੇ ਇਹ ਹੈਗੇ ਆ ਤੇ ਅਗਲੀ ਨਾਲ ਜੀ 18 ਨੰਬਰ ਪੌੜੀ ਚ ਕਹਿੰਦਾ ਵੀ ਸੰਖ ਚੋਰ ਵੀ ਹੈਗੇ ਆ ਅਸੰਖ ਆਰਾਮਖੋਰ ਵੀ ਹੈਗੇ ਆ ਅਸੰਖ ਪਾਪੀ ਵੀ ਹੈਗੇ ਆ ਅਸੰਖ ਗਲਵੜ ਅਤੇ ਕਮਾਈ ਵੀ ਹੈਗੀ ਉਹ ਕਿੱਥੋਂ ਆ ਗਏ ਜੇ ਸਾਰੇ ਲੋਕ ਹੀ ਅਸੰਖ ਧਰਮੀ ਆ ਅਸੰਖ ਪੂਜਾ ਕਰਨ ਵਾਲੇ ਉਹ ਕਿੱਥੋਂ ਆ ਗਏ ਤੋ ਇਹ ਆਪਾਂ ਹੁਣ ਧਿਆਨ ਨਾਲ ਸੁਣਨਾ ਵਾ ਕਿ ਗੁਰਦੇਵ ਜੀ ਕਹਿੰਦੇ ਹੈਗੇ ਨੇ ਇਹ ਪਤਾ ਕੀ ਆ ਇਹ ਸਾਰਾ ਕੁਝ ਤਨ ਦੇ ਤਲ ਤੇ ਹੋ ਰਿਹਾ ਤੰਦੇ ਤਲ ਤੇ ਕੰਮ ਕਰਨ ਵਾਲੇ ਨੂੰ ਬਾਣੀ ਕੀ ਆਂਦੀ ਪਲ ਕਰਮ ਧਰਮ ਪਾਖੰਡ ਸ਼ਬਦ ਵਰਤਦਾ ਕਰਮ ਧਰਮ ਪਾਖੰਡ ਜੋਦੀ ਸਿਰ ਤੇਨ ਜਮ ਜਗਾਤੀ ਲੂਟ ਹੁ ਜਪ ਤਪ ਹੋ ਰਿਆ ਪੂਜਾ ਹੋ ਰਹੀ ਪਰ ਤੰਦੇ ਤਲ ਤੇ ਹੋ ਰਹੀ ਹੈ ਦੁਕਾਨਦਾਰ ਜਰਾ ਸਿਰੇ ਉੱਠ ਕੇ ਜਦੋਂ ਫੋਟੋ ਤੇ ਗਾੜੀ ਇਦਾਂ ਆਗਰਬਤੀ ਲਾਉਂਦਾ ਉਹ ਅੰਦਰੋਂ ਪੂਜਾ ਕਰਦਾ ਜੇ ਅੰਦਰੋਂ ਪੂਜਾ ਕਰਦਾ ਗਾਹ ਨੂੰ ਤੇ ਛਿਲ ਲੈਂਦਾ ਕਈ ਵਰੀ ਇਹੋ ਜਿਹਾ ਸਿਰ ਦਾ ਮੁੜ ਕੇ ਗਾਹ ਕੰਨਾਂ ਨੂੰ ਹੱਥ ਲਾ ਕੇ ਜਾਂਦਾ ਹੁਣ ਹੁਣ ਦੁਕਾਨਦਾਰ ਵੀ ਸੁਣਦੇ ਹੋਣੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਦੁਕਾਨ ਪਾਈ ਕਮਾਈ ਲਈ ਹੈ ਪਰ ਕਈ ਵਾਰੀ ਕਮਾਈ ਵਟਾ ਇਨਾ ਭਾਰਾ ਕੀਤਾ ਜਾਂਦਾ ਗਰੀਬ ਨੂੰ ਨਚੋੜਿਆ ਜਾਂਦਾ ਹੁਣ ਜੇ ਹੁਣ ਵਕਤੀ ਤੌਰ ਤੇ ਪੂਜਾ ਹੋ ਰਹੀ ਦਾ ਟੱਲੀ ਖੜਕਾਈ ਜਾ ਰਹੀ ਆ ਮਿਲਾਵਟਾਂ ਨਹੀਂ ਕੀਤੀਆਂ ਜਾ ਰਹੀਆਂ ਨਕਲੀ ਪਨੀਰ ਬਣਾ ਬਣਾ ਕੇ ਵੇਚੇ ਜਾ ਰਹੇ ਆ ਖੋਏ ਬਣਾ ਬਣਾ ਕੇ ਵੇਚੇ ਜਾ ਰਹੇ ਆ ਚੀਜ਼ਾਂ ਚ ਮਿਲਾਵਟਾਂ ਕੀਤੀਆਂ ਜਾ ਰਹੀਆਂ ਨੇ ਕਿੰਨਾ ਕਿੰਨਾ ਨੁਕਸਾਨ ਕਿੱਥੇ ਹੋ ਰਿਹਾ ਤੇ ਪੂਜਾ ਦਾ ਵੀ ਖਵਾ ਪੂਰਾ ਕੀਤਾ ਜਾ ਰਿਹਾ ਪੂਜਾ ਦਾ ਕੋ ਇੱਕ ਰੂਪ ਥੋੜਾ ਜਪ ਵੀ ਕੀਤੇ ਜਾ ਰਿਹਾ ਕਿਦਾਂ ਲੋਕ ਚਲੀਏ ਕੱਢਦੇ ਆ ਕਿਦਾਂ ਲੋਕ ਜਾ ਕੇ ਪ੍ਰਧਾਰਮਿਕ ਸਥਾਨਾਂ ਤੇ ਕਰਮਾ ਕਰਦੇ ਆ ਜਾਨੀ ਕਿ ਸਭ ਕੁਝ ਤਾਂ ਦੇ ਤਲ ਤੇ ਹੋ ਰਿਹਾ ਤਾਂ ਗੁਰਦੇਵ ਨੂੰ ਬਾਣੀ ਚ ਕਹਿਣਾ ਪਿਆ ਸੀ ਵੀ ਕਰਮੀ ਸਹਜ ਨਾਲ ਉਪਜੈ ਸਰੀਰ ਦੇ ਤਾਲੂ ਪਰ ਕੀਤੇ ਹੋਏ ਕਰਮਾ ਨਾਲ ਜ਼ਿੰਦਗੀ ਚ ਸਹਜ ਕਿਦਾਂ ਆਜੂ ਵਿਣ ਸਹਜੇ ਸੈ ਸੰਸਾ ਨੂੰ ਜਾਏ ਬਿਨਾ ਸਹਜ ਤੋਂ ਸਹਿਮ ਜ਼ਿੰਦਗੀ ਚੋਂ ਦੂਰ ਨਹੀਂ ਹੋਣਾ ਨਹਿ ਜਾਏ ਸੈ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈ ਸੰਸੇ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਤੋ ਪਾਸ਼ਕੰਦੇ ਇੱਥੇ ਅਸੰਖ ਜਪ ਅਸੰਖ ਲੋਕ ਹੀ ਜਪ ਕਰਨ ਵਾਲੇ ਆ ਸੰਖ ਲੋਕ ਹੀ ਤਪ ਕਰਨ ਵਾਲੇ ਅੱਛਾ ਜੀ ਇਹ ਸੰਖ ਲੋਕ ਹੀ ਜਪ ਤਪ ਕਰਨ ਵਾਲੇ ਆ ਤੇ ਚੋਰ ਕਿੱਥੋਂ ਆ ਗਏ ਬੇਈਮਾਨ ਕਿੱਥੋਂ ਆ ਗਏ ਠੱਗ ਕਿੱਥੋਂ ਆ ਗਏ ਇਹ ਤਾਂ ਮਲੂਵੀ ਸਮਾਜ ਵਿੱਚ ਪਏ ਨੇ ਜੇ ਇਹਨੇ ਜਪ ਤਪ ਨਾਲ ਫਰਕ ਹੀ ਨਹੀਂ ਪਿਆ ਕਿਉਂਕਿ ਇਹ ਜਪ ਤਪ ਸਾਰੇ ਤਨ ਦੇ ਤਲ ਤੇ ਹੋ ਰਿਹਾ ਸੌਖਾ ਸਮਝੋ 732 ਨੰਬਰ ਅੰਕ ਤੇ ਗੁਰੂ ਰਾਮਦਾਸ ਪਿਤਾ ਮਹਾਰਾਜ ਦਾ ਸ਼ਬਦ ਹੈ ਸੂਹੀ ਰਾਗ ਵਿੱਚ 732 ਨੰਬਰ ਅੰਕ ਤੇ ਸੁਹੀ ਰਾਗ ਵਿੱਚ ਗੁਰੂ ਰਾਮਦਾਸ ਪਿਤਾ ਮਹਾਰਾਜ ਕਹਿੰਦੇ ਨੇ ਹਰ ਹਰ ਕਰੈ ਨਿਤ ਉਥੇ ਨਿਤ ਸ਼ਬਦ ਦੇਲੀ ਦੀਪਕ ਹੈ ਦੇਲੀ ਦੀਪਕ ਜਿਵੇਂ ਦੇਲੀ ਦੀਪਕ ਦਹਲੀ ਦੇ ਵਿੱਚ ਇੱਕ ਦੀਵਾ ਨਹੀਂ ਸੀ ਹੁੰਦਾ ਉਹ ਦਰਵਾਜੇ ਦੇ ਅੰਦਰ ਵੀ ਚਾਨਣ ਕ ਕਮਰੇ ਦੇ ਅੰਦਰ ਵੀ ਚਾਨਣ ਕਰਦਾ ਸੀ ਤੇ ਕਮਰੇ ਤੋਂ ਬਾਹਰ ਵੀ ਚਾਨਣ ਕਰਦਾ ਸੀ ਦਰਵਾਜੇ ਦੇ ਵਿੱਚ ਕਾਹ ਦਾ ਦੀਵਾ ਜਗਾ ਦੇਣਾ ਉਹਨੇ ਅੰਦਰ ਵੀ ਚਾਨਣ ਕਰਨਾ ਤੇ ਬਾਹਰ ਚਾਨਣ ਵੀ ਕਰਨਾ ਇਦਾਂ ਕੁਝ ਸ਼ਬਦ ਦੇਹਿ ਦੀਪਕ ਹੁੰਦੇ ਆ ਉਹ ਹਰ ਹਰ ਕਰੇ ਨਿਤ ਨਿਤ ਸ਼ਬਦ ਵਿੱਚ ਕਾਹੇ ਆ ਗਿਆ ਵੀ ਹਰੀ ਹਰੀ ਵੀ ਨਿਤ ਕਰਦੇ ਆ ਤੇ ਨਿਤ ਕਵਟ ਕਮਾਵੇ ਵੀ ਪਾਠ ਵੀ ਕਰੀ ਜਾਂਦੇ ਤੇ ਕਵਟ ਵੀ ਨਿਤ ਕਰਦੇ ਇਦਾਂ ਇਦਾਂ ਹੱਥ 'ਚ ਗੁਟਕਾ ਵੀ ਫੜਿਆ ਪੋਥੀ ਵੀ ਫੜੀ ਹੈ ਛਿਲ ਵੀ ਇਹੋ ਜਿਹੀ ਲੋਣੀ ਵੀ ਰੰਦਾ ਵੀ ਇਹੋ ਜਿਹਾ ਫੇਰਨਾ ਵੀ ਬੰਦਾ ਅਗਲਾ ਯਾਦ ਪਿਆ ਕਰੇ ਵੀ ਵਾਲੇ ਬੱਲੇ ਬੱਲੇ ਆ ਕਈ ਵਾਰੀ ਅਸੀਂ ਬੰਦੇ ਦਾ ਧਾਰਮਿਕ ਪਹਿਰਾਵਾ ਵੇਖ ਕੇ ਆ ਰਿਸ਼ਤੇ ਵੀ ਜਦੋਂ ਆ ਧੀਆਂ ਪੁੱਤਾਂ ਦੇ ਰਿਸ਼ਤੇ ਹੁੰਦੇ ਕਈ ਬੰਦੇ ਡੋਲ ਨਹੀਂ ਜਾਂਦੇ ਇਹਦਾ ਬਾਹਰ ਦਾ ਰੂਪ ਵੇਖ ਕੇ ਵੀ ਲੜਕਾ ਅਮਰਤਾਰੀ ਹੈ ਸਾਤ ਸਮਰਤਾਰੀ ਹੈ ਸੋਹਰਾ ਅਮਰਤਾਰੀ ਹੈ ਤੇ ਜਦੋਂ ਅਗਲੇ ਮੂੰਹ ਇਦਾਂ ਪਹਿਲਾਂ ਤੇ ਇਦਾਂ ਵਿਖਾਵਾ ਕਰਦੇ ਸੀ ਕੱਖ ਨੇ ਫਿਰ ਐ ਟੌਰਚਰ ਕਰਦੇ ਜਾਂ ਮਿਹਨੇ ਮਾਰਦੇ ਆ ਕਈਆਂ ਕਈਆਂ ਨਾਲ ਐਸਾ ਕੁਝ ਵਾਪਰਿਆ ਹੁਣ ਉਹਨਾਂ ਦਾ ਇਹਦਾ ਅਰਥ ਇਹ ਨਹੀਂ ਹੈਗਾ ਵੀ ਜਿਹੜੇ ਕਲੀਨ ਸ਼ੇਪ ਆ ਜਿਹੜੇ ਬੰਦੇ ਅਮਰਤਾਰੀ ਨਹੀਂ ਹੈਗੇ ਉਹਨਾਂ ਅੰਦਰ ਲਾਲਚ ਨਹੀਂ ਪਰ ਗੱਲ ਤੇ ਇਹ ਸੀ ਵੀ ਲਾਲਚ ਤੇ ਕਿਸੇ ਅੰਦਰ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਤੇ ਮਾਣ ਕਰਦੇ ਸੀ ਨਾ ਵੀ ਅਸੀਂ ਗੁਰੂ ਵਾਲੇ ਆ ਇਹ ਤੇ ਗੁਰੂ ਦੀ ਸਿੱਖਿਆ ਹੁੰਦੀ ਤਰ੍ਹਾਂ ਪੀ ਆਮ ਬੰਦੇ ਕਹਿੰਗੇ ਵੇਖੋ ਜੀ ਅਮਰਤਾਰੀ ਹੋ ਕੇ ਝੂਠ ਬੋਲੀ ਜਾਂਦਾ ਹੈ ਅੱਛਾ ਦੂਜੇ ਨੂੰ ਬੋਲ ਲੈਣਾ ਚਾਹੀਦਾ ਝੂਠ ਤੇ ਸਾਰਿਆਂ ਲਈ ਮਾੜਾ ਹੈ ਹਾਂ ਇਹ ਆ ਵੀ ਉਹ ਦੀ ਜ਼ਿੰਮੇਵਾਰੀ ਥੋੜੀ ਜਿਹੀ ਵਧ ਗਈ ਕਿਉਂਕਿ ਉਹ ਦਾਵਾ ਕਰਦਾ ਸੀ ਕਿ ਮੈਂ ਗੁਰੂ ਵਾਲਾ ਬਣ ਗਿਆ ਤੋ ਗੱਲ ਨੂੰ ਫੇਰ ਧਿਆਨ ਨਾਲ ਸੁਣਿਓ ਅਸੰਖ ਲੋਕ ਹੁਣ ਇੱਥੇ ਪਾਤਸ਼ਾਹ ਸ਼ਬਦ ਕਿੱਡਾ ਪਿਆਰਾ ਵਰਤ ਰਿਹਾ ਵੀ ਹਰ ਹਰ ਕਰੈ ਨਿਰਤ ਹਰ ਹਰ ਕਰੇ ਨਿਤ ਕਪਟਕੁਮਾਵੇ ਹੁਣ ਇਹਨੂੰ ਆਪਾਂ ਵਿਚਕਾਏ ਪਰ ਹਰ ਹਰ ਕਰੇ ਨਿਤ ਨਿਤ ਕਪਟਕੁਮਾਵੇ ਹੁੰਡੇ ਤੇ ਸ਼ਬਦ ਵਿਚਕਾਏ ਆ ਗਿਆ ਵੀ ਹਰੀ ਹਰੀ ਵੀ ਨਿਤ ਕਰੀ ਜਾਂਦਾ ਪਾਠ ਵੀ ਨਿਤ ਕਰੀ ਜਾਂਦਾ ਤੇ ਕਪਟ ਵੀ ਨਿਤ ਕਮਾਈ ਜਾਂਦਾ ਹਰ ਹਰ ਕਰੇ ਨਿਤ ਕਪਟਕੁਮਾਵੇ ਹਿਰਦਾ ਸ਼ੁੱਧ ਨਾ ਹੋਈ ਆਹ ਪੌੜੀਆਂ ਨਾਲ ਸੁਣ ਲਿਓ ਵੀ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖਤਾ ਪਤਾਉ ਜੇ ਅਸੰਖ ਜਪੀਆ ਤੇ ਅਗਲੀ ਪੌੜੀ ਨਾਲ ਪੜੋ ਅਸੰਖ ਚੋਰ ਹਰਾਮ ਖੋਰ ਸੰਖੇਚੁਰ ਵੀ ਹੈ ਗਿਆ ਕਿਉਂਕਿ ਕਾਰਨ ਇਹ ਆ ਵੀ ਇਹ ਜਪ ਤਪ ਪਾਠ ਪੂਜਾ ਸਿਰਫ ਤਨ ਦੇ ਤਲ ਤੇ ਹੈ ਮਨ ਇਹਦੇ ਵਿੱਚ ਸ਼ਾਮਲ ਨਹੀਂ ਹੈ ਜਦੋਂ ਮਨ ਮਨ ਸ਼ਾਮਲ ਹੋਏਗਾ ਨਾ ਮਨ ਦੀ ਬੰਦਗੀ ਵੱਖਰੀ ਹੈ ਫਿਰ ਤੇ ਉਸਤਤ ਮਨ ਮੈਂ ਕਾਰਨ ਰੰਕਾਰਜ ਜੇ ਆਪਾਂ ਪਿਛੇ ਪੜ ਆਏ ਕਰਮਨ ਮੇਰੇ ਸਾਥ ਉਹਦਾ ਵਿਹਾਰ ਸਹੀ ਹੋਏਗਾ ਜਦੋਂ ਮਨ ਮਨ ਜਦੋਂ ਭਗਤੀ ਵਿੱਚ ਸ਼ਾਮਲ ਹੋਏਗਾ ਨਾ ਮਨ ਗੁਣਾਂ ਦੀ ਬਾਤ ਕਰਦਾ ਹੈ ਹਰ ਹਰ ਕਰੇ ਨਿਤ ਕਪਟ ਕਮਾਵੇ ਪਾਤ ਸੇ ਕਹਿੰਦੇ ਹਿਰਦਾ ਸ਼ੁੱਧ ਨਾ ਹੋਈ ਅੰਦਰੋਂ ਤਾਂ ਸਾਫ਼ ਨਹੀਂ ਹੈਗਾ ਹਿਰਦਾ ਸ਼ੁੱਧਨ ਆਨੰਦਨ ਕਰਮ ਕਰੇ ਬੋ ਤੇਰੇ ਕਰਮ ਤੇ ਦਿਨ ਰਾਤ ਕਰਦਾ ਸਰੀਰ ਦੇ ਤਲ ਤੇ ਪਰ ਸੁਪਨੇ ਸੁੱਖ ਨਾ ਹੋਈ ਸੁੱਖ ਦਾ ਸੁਪਨਾ ਨਹੀਂ ਆਇਆ ਸੁਪਨੇ ਵਾਲਾ ਇੱਕ ਸੁਪਨੇ ਅਚਾ ਇਹਦਾ ਹਕੀਕਤ ਵਿੱਚ ਤਾਂ ਕੀ ਸੁੱਖ ਮਿਲਣਾ ਸੁਪਨਾ ਵੀ ਸੁੱਖ ਦਾ ਨਹੀਂ ਆਉਂਦਾ ਵੀ ਸੁਪਨਾ ਹੀ ਆ ਜੈ ਇਦਾਂ ਦਾ ਕੋਈ ਸੁੱਖ ਵਾਲਾ ਵੀ ਚਲੋ ਇਦਾਂ ਜ਼ਿੰਦਗੀ 'ਚ ਸੁੱਖ ਤਾਂ ਕੀ ਮਿਲਣਾ ਸੁਪਨਾ ਕਿਉਂ ਨਹੀਂ ਆ ਰਿਹਾ ਕਿਉਂਕਿ ਬੰਦਾ ਕਪਟ ਕਰ ਰਿਹਾ ਐ ਇਵੇਂ ਹੁਣ ਸੌਖਾ ਸਮਝੋ ਹਰ ਹਰ ਕਰੇ ਨਿਤ ਕਪਟਕਮਾ ਮੇ ਹੁਣ ਮੰਨ ਲਓ ਐਤਵਾਰ ਦਾ ਦਿਨ ਹੋਵੇ ਬੱਚੇ ਸਾਰੇ ਘਰ ਹੋਣ ਸਕੂਲ ਨਾ ਗਏ ਹੋਣ ਐਤਵਾਰ ਦਾ ਦਿਨ ਹੋਵੇ ਬੱਚੇ ਘਰੇ ਬੈਠੇ ਨੇ ਤੇ ਘਰ ਚ ਸਫਾਈ ਹੋ ਰਹੀ ਹੈ ਪੋਚੇ ਲੱਗ ਰਹੇ ਨੇ ਇਦਾਂ ਇੱਕ ਬੰਨੇ ਮਾਂ ਪੋਚੇ ਲਈ ਜਾ ਰਹੀ ਹੈ ਇਦਾਂ ਤੇ ਦੂਜੇ ਬੰਨੇ ਬੱਚੇ ਮਗਰ ਪੈਰ ਲੈ ਕੇ ਫੇਰ ਪੋਚੀਆਂ ਦੇ ਉਦਾਂ ਲਬੇੜੀ ਜਾ ਰਹੇ ਨੇ ਤੇ ਮਾਂ ਆ ਕੇ ਕੀ ਕੀ ਕਹਿੰਦੀ ਹੈ ਵੀ ਮੈਂ ਸਫਾਈ ਕਰ ਰਹੀ ਹਾਂ ਮਗਰ ਫੇਰ ਗੰਦ ਪਾਈ ਜਾਂਦੇ ਹੋ ਫਿਰ ਇਦਾਂ ਬਹਿ ਜਾਂਦੀ ਪਾਸੇ ਕਦੀ ਪਹਿਲਾਂ ਗੰਦੀ ਪਾ ਲੋ ਚੰਗੀ ਤਰ੍ਹਾਂ ਵੀ ਮੈਂ ਸਫਾਈ ਕਰ ਰਹੀ ਹਾਂ ਤੁਸੀਂ ਫੇਰ ਗੰਦ ਪਾਈ ਜਾ ਰਹੇ ਹੋ ਇਹ ਇਦਾਂ ਹੀ ਹੋ ਰਿਹਾ ਵੀ ਇੱਕ ਬੰਦੇ ਪਾਠ ਹੋਈ ਜਾਂਦਾ ਮਗਰੇ ਨਾਲ ਗੰਦ ਫੇਪਈ ਜਾਂਦਾ ਭਾਵ ਪਾਠ ਵੀ ਕਰੀ ਜਾਂਦਾ ਬੰਦਾ ਤੇ ਠੱਗੀਆਂ ਬੇਈਮਾਨੀਆਂ ਵੀ ਨਾਲ ਹੀ ਕਰੀਦਾ ਜਿਵੇਂ ਜਿਵੇਂ ਮੰਨ ਲਓ ਇੱਕ ਵਿਅਕਤੀ ਕਾਰ ਨੂੰ ਧੋ ਰਿਹਾ ਇੱਕ ਬੰਦਾ ਕਾਰ ਧੋਈ ਜਾਂਦਾ ਦੂਜਾ ਮਗਰੇ ਕਾਰ ਉੱਤੇ ਫੇ ਗੰਦ ਪਾਈ ਜਾਂਦਾ ਦੂਜਾ ਕਹਿੰਦਾ ਭਰਾਵਾ ਮੈਨੂੰ ਕਾਰ ਸਾਫ਼ ਕਰ ਲੈ ਲੈ ਤੂੰ ਗੰਦਗੀ ਫੇਪਾਈ ਜਾਂਦਾ ਸੇਮ ਇਦਾਂ ਹੀ ਆ ਭਾਈ ਜਿਵੇਂ ਅਸੀਂ ਸਮਾਜ ਤੇ ਇਹ ਮੈਂ ਨਿੱਕੀਆਂ ਨਿੱਕੀਆਂ ਉਦਾਹਰਣਾਂ ਤਾਂ ਦੇ ਰਿਹਾ ਤਾਂ ਕਿ ਗੱਲ ਸਮਝ ਵਿੱਚ ਪੈ ਜਾਏ ਕਿ ਬੰਦਾ ਗੁਰਦੁਆਰੇ ਵੀ ਜਾਈ ਜਾਂਦਾ ਪਾਠ ਵੀ ਕਰੀ ਜਾਂਦਾ ਮੰਦਰ ਵੀ ਜਾਈ ਜਾਂਦਾ ਪਰ ਆਪਣੇ ਕਰਮ ਬਦਲ ਨੂੰ ਤਿਆਰ ਨਹੀਂ ਹੈ ਤੋ ਪਾਸ਼ਾ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾ ਮੇ ਹਿਰਦਾ ਸ਼ੁੱਧ ਨ ਹੋਈ ਆਨ ਦਿਨ ਕਰਮ ਕਰੇ ਬਹੁਤ ਤੀਰੇ ਸੁਪਨੇ ਸੁਖ ਨ ਹੋਈ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਪਿਆਰਾ ਵਾਕ ਹੈ ਕਿਰਿਆਚਾਰ ਕਰੇ ਖਟ ਕਰਮਾ ਕਿਰਿਆਚਾਰ ਕਰੇ ਖਟ ਕਰਮਾ ਖਟ ਦਾ ਅਰਥ ਛੇ ਛੇ ਪ੍ਰਕਾਰ ਦੇ ਕਰਮ ਕਰਦਾ ਪਾਠ ਪੜਨ ਪੜਾਉਣ ਦੀਆਂ ਗੱਲਾਂ ਕਰਦਾ ਕਿਰਿਆਚਾਰ ਕਰੇ ਖਟ ਕਰਮ ਇਤ ਰਾਤੇ ਸੰਸਾਰੀ ਸੰਸਾਰ ਦੇ ਲੋਕ ਇਹਨਾਂ ਕੰਮਾਂ ਵਿੱਚ ਰੱਤੇ ਪਏ ਨੇ ਇਹਨਾਂ ਕੰਮਾਂ ਵਿੱਚ ਖੁਬੇ ਪਏ ਨੇ ਅੰਤਰ ਮੈਲ ਨਾ ਉਤਰੇ ਹੋਂ ਮੈਂ ਅੰਦਰ ਜਿਹੜੀ ਹੋਂ ਮੇ ਦੀ ਮੈਲ ਲੱਗੀ ਆ ਨਾ ਉਤਰਦੀ ਨਹੀਂ ਅੰਤਰ ਮੈਲ ਨਾ ਉਤਰੇ ਹੋਂ ਮੈਂ ਬਿਨ ਗੋਰ ਬਾਜੀ ਆਰੀ ਮੇਰੇ ਠਾਕੁਰ ਰੱਖ ਲਿਓ ਕਿਰਪਾ ਧਾਰੀ ਕੋਟ ਮੱਧੇ ਕੋਈ ਵਿਰਲਾ ਸੇਵਕ ਹੋਰ ਸਗਲੇ ਵਿਹਾਰੀ ਕਰੋੜਾਂ ਚੋਂ ਕੋਈ ਵਿਰਲਾ ਸੇਵਕ ਬਾਕੀ ਤੇ ਵਿਹਾਰੀ ਨੇ ਕਿੱਦਾਂ ਵਿਹਾਰੀ ਨੇ ਵੀ ਜਪ ਤਪ ਵੀ ਕਰੀ ਜਾਂਦੇ ਆ ਵਿਹਾਰੀ ਸਮਝਦੇ ਹੋ ਵੀ ਲੋੜ ਪੈਣ ਤੇ ਜਿਵੇਂ ਭਗਤ ਕਬੀਰ ਜਿਨ੍ਹਾਂ ਨੇ ਕਿਹਾ ਵੀ ਕਬੀਰ ਕਾਮ ਪਰੇ ਹਰ ਸਿਮਰੀ ਹੈ ਤੁਸੀਂ ਆਪਣੀ ਜ਼ਿੰਦਗੀ ਚ ਕਈ ਰਿਸ਼ਤੇਦਾਰ ਸਾਖ ਸੰਬੰਧੀ ਐਸੇ ਵੇਖੇ ਹੋਣੇ ਆ ਉਹਨਾਂ ਦਾ ਤੁਹਾਨੂੰ ਉਦੋਂ ਫੋਨ ਆਏਗਾ ਜਦੋਂ ਉਹਨਾਂ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਕਈ ਦੋਸਤ ਮਿੱਤਰ ਐਸੇ ਹੁੰਦੇ ਆ ਉਹ ਤੁਹਾਨੂੰ ਕੰਮ ਪੈਣ ਤੇ ਯਾਦ ਕਰਦੇ ਜਦੋਂ ਉਹਨਾਂ ਅੱਗੋਂ ਪਿੱਛੋਂ ਤੁਹਾਡਾ ਹਾਲ ਚਾਲ ਨਹੀਂ ਪੁੱਛਣਾ ਉਹਨਾਂ ਨੇ ਮਲੋ 6 ਮਹੀਨੇ ਲੰਘ ਗਏ ਸਾਲ ਲੰਘ ਗਿਆ ਤੇ ਕਈ ਐਸੇ ਪਰਿਵਾਰ ਦੇ ਜੀ ਵੀ ਹੁੰਦੇ ਜਿਹੜੇ ਹਫਤੇ 'ਚ ਦੋ ਵਾਰ ਫੋਨ ਕਰਦੇ ਹੋਰ ਬੱਚਿਆਂ ਦਾ ਕੀ ਹਾਲ ਹੈ ਪਾਪਾ ਜੀ ਠੀਕ ਨੇ ਭੈਣ ਜੀ ਹੁਣੀ ਕਿੱਦਾਂ ਬੱਚੇ ਵਧੀਆਂ ਐਦਾਂ ਇੱਕ ਇੱਕ ਐਦਾਂ ਦਾ ਜਿਨੇ ਉਦੋਂ ਫੋਨ ਕਰਨਾ ਜਦੋਂ ਉਹਨੂੰ ਕੋਈ ਲੋੜ ਹੈ ਆਪਾਂ ਨੂੰ ਪਤਾ ਹੁੰਦਾ ਐਦਾਂ ਬੰਦਾ ਜਿਹਨੂੰ ਫੋਨ ਕਰਦਾ ਤੇ ਆਪਾਂ ਫੋਨ ਚੁੱਕ ਦਿਆਂ ਸਾਰੀ ਹੋਰ ਪੁੱਛਦਾ ਹੋਰ ਪਾਪਾ ਜੀ ਠੀਕ ਨੇ ਬੱਚੇ ਠੀਕ ਹੈ ਬੀਬੀ ਜੀ ਠੀਕ ਨੇ ਬੱਚੇ ਠੀਕ ਨੇ ਐਦਾਂ ਪੁੱਛਦਾ ਜਦੋਂ ਅਗਲਾ ਬੰਦਾ ਕਹਿੰਦਾ ਹਾਂਜੀ ਸਭ ਕੁਝ ਠੀਕ ਹੈ ਤੁਸੀਂ ਦੱਸੋ ਆਪਾਂ ਨੂੰ ਯਾਦ ਕਿਵੇਂ ਕੀਤਾ ਉਹ ਫਿਰ ਅਗਲਾ ਕੰਮ ਦੱਸਦਾ ਹੈ ਬੰਦੇ ਨੂੰ ਸਮਝ ਆ ਜਾਂਦੀ ਹੈ ਵੀ ਇਹਦਾ ਫੋਨ ਉਦੋਂ ਆਉਂਦਾ ਜਦੋਂ ਇਹਨੂੰ ਸਾਡੇ ਤੱਕ ਕੋਈ ਕੰਮ ਹੋਇਆ ਤੇ ਇੱਕ ਬੰਦਾ ਕਹਿੰਦਾ ਨਹੀਂ ਭਾਈ ਕੰਮ ਨਹੀਂ ਸੀ ਮੈਂ ਤੇ ਵੈਸੇ ਹਾਲਚਲ ਪੁੱਛ ਰਿਆ ਸੀ ਹੁਣ ਇੱਕ ਬੰਦਾ ਵੈਸੇ ਸੇਵਾ ਕਰਦਾ ਇੱਕ ਬੰਦੇ ਪਿੱਛੇ ਸੇਵਾ ਪਿੱਛੇ ਇਹ ਮਨੋਰਥ ਹੈ ਕਿ ਮੈਂ ਸੁਖਣਾ ਸੁਖੀ ਹੈ ਮੈਨੂੰ ਨੌਕਰੀ ਚਾਹੀਦੀ ਮੈਂ ਤਾਂ 40 ਦਿਨ ਗੁਰਦੁਆਰੇ ਆਉਣਾ ਮੈਂ ਦਰਿਆ ਤਾਂ ਛਾਣਨੀਆਂ ਮੈਨੂੰ ਪੁੱਤ ਚਾਹੀਦਾ ਮੈਂ ਇਹ ਨਦਰ ਪਾਠ ਕਰਨਾ ਉਹ ਗੁਰੂ ਨੂੰ ਵੀ ਪਤਾ ਗੁਰੂ ਜਿੱਦਾਂ ਆਪਾਂ ਆਪਾਂ ਹੁਣ ਜਿਵੇਂ ਆਪਾਂ ਆਮ ਬੰਦੇ ਨੂੰ ਪੁੱਛ ਲੈਂਦੇ ਆ ਵੀ ਭਾਈ ਤੂੰ ਕੰਮ ਦਾਸ ਹਾਲਚਾਲ ਤੇ ਠੀਕ ਈ ਆ ਪਾਪਾ ਜੀ ਵੀ ਠੀਕ ਨੇ ਚੰਗੀ ਭਲੀ ਰੋਟੀ ਖਾਂਦੇ ਨੇ ਠੀਕ ਨੇ ਬਿਲਕੁਲ ਠੀਕ ਨੇ ਹੋ ਕੰਮ ਦਾਸ ਤੂੰ ਸਮਝ ਆ ਜਾਂਦੀ ਹੈ ਨਾ ਤੂੰ ਸੇਮ ਇਦਾਂ ਹੀ ਜਿਵੇਂ ਤੁਸੀਂ ਆਪਣੇ ਬੱਚੇ ਨੂੰ ਕਹੋ ਪੁੱਤਰ ਚਾਹ ਦਾ ਕੱਪ ਬਣਾਇਕ ਉਹ ਕਹੇ ਜੀ 10 ਰੁਪਏ ਦਿਓ ਆ ਮੈਂ ਚਾਕਲੇਟ ਲੈ ਕੇ ਆਉਣੀ ਤਹਾਡੇ ਦਿਮਾਗ ਚ ਜਾਊਗਾ ਨਾ ਭਾਵੇਂ ਪੈਸੇ ਸਾਰੇ ਇਦੀ ਆ ਕੱਲ ਨੂੰ ਇਦੀ ਕੰਮ ਹੀ ਹੋਣੇ ਆ ਅੱਜ ਮੈਂ ਚਾਹ ਲਈ ਕਿਹਾ 10 ਰੁਪਏ ਮੰਗਦਾ ਕੱਲ ਨੂੰ ਇਹਨੂੰ ਕਿਹਾ ਪੁੱਤ ਮੰਮੀ ਘਰ ਨਹੀਂ ਖਾਣਾ ਬਣਾ ਲਾ ਇੱਕ ਵੇਗਾ 100 ਦਿਓ ਮੈਂ ਆ ਫਲਾਣੀ ਚੀਜ਼ ਲੈ ਕੇ ਆਉਣੀ ਆ ਤੁਹਾਡੇ ਦਿਮਾਗ ਜੀ ਨੇ ਹੋਗਾ ਵੀ ਇਹਦੇ ਨੂੰ ਚੰਗਾ ਰੈਸਟੋਰੈਂਟ ਚੋਂ ਨਾ ਖਾਵਾ ਵੀ ਜੇ ਸ਼ਰਤਾਂ ਨਾਲ ਬੱਚਾ ਕੰਮ ਕਰੇ ਭਾਵੇਂ ਕੱਲ ਨੂੰ ਪੈਸੇ ਇਹਨੂੰ ਹੀ ਦੇਣੇ ਨੇ ਫਿਰ ਔਖਾ ਲੱਗਦਾ ਨਾ ਤੇ ਫਿਰ ਜੇ ਹਾਨੂੰ ਆਪਣਾ ਪੁੱਤ ਧੀ ਨਹੀਂ ਪਸੰਦ ਜਿਹੜਾ ਸ਼ਰਤਾਂ ਲਾ ਕੇ ਸਾਡੇ ਨਾਲ ਕੰਮ ਕਰੇ ਵੀ ਪੈਸੇ ਦਿਓਗੇ ਤੇ ਕੰਮ ਕਰੂੰਗਾ ਸੋਚ ਕੇ ਵੇਖਿਓ ਗੁਰੂ ਨੇ ਇਹੋ ਜਿਹੇ ਬੰਦੇ ਕੋਲੋਂ ਕੀ ਕਰਾਉਣਾ ਜਿਹੜਾ ਕਹਿੰਦਾ ਜੀ ਮੈਂ ਪਾਠ ਕਰਾਵਾਂ ਕਰਾਂਗਾ ਮੈਨੂੰ ਆਕ ਦੇ ਦਿਓ ਮੈਨੂੰ ਆਹ ਦੇ ਦਿਓ ਜਿਹਨੂੰ ਸੁਖਣਾ ਕਹਿੰਦੇ ਤੇ ਸੁਖਣਾ ਗੁਰਮਤ ਦਾ ਵਿਸ਼ਾ ਨਹੀਂ ਹੈ ਗੁਰਮਤ ਦਾ ਵਿਸ਼ਾ ਬਿਲਕੁਲ ਨਹੀਂ ਕਬੀਰ ਕਾਮ ਪਰੇ ਹਰ ਸਮਰੀ ਹੈ ਕੰਮ ਪੈਣ ਤੇ ਚੇਤਾ ਕਰਦਾ ਐਸਾ ਸਿਮਰਨ ਨੇਤ ਬਿਨਾ ਕੰਮ ਤੋਂ ਯਾਦ ਕਰਕੇ ਵੇਖ ਅਮਰਾਪੁਰ ਬਸਾ ਕਰੋ ਹਰ ਗਿਆ ਬਹੋਰੇ ਬਿਤ ਜਿਹੜਾ ਅੰਦਰੋਂ ਦੇਵੀ ਗੁਣਾ ਦਾ ਖਜ਼ਾਨਾ ਜਾ ਚੁੱਕਾ ਉਹ ਖਜ਼ਾਨਾ ਤੁਹਾਡੇ ਹਿਰਦੇ ਚ ਪ੍ਰਗਟ ਹੋ ਜਾਏਗਾ ਬਿਨਾਂ ਸਵਾਰਤੋਂ ਉਸ ਸੱਚ ਨਾਲ ਸਾਂਝ ਪਾ ਕੇ ਵੇਖੋ ਤੋ ਖੈਰ ਅਪਾ ਗੱਲ ਕਰ ਅਸੀਂ ਅਸੰਖ ਜਪ ਅਸੰਖ ਲੋਕ ਜਪ ਕਰ ਰਹੇ ਨੇ ਅਸੰਖ ਜਪ ਅਸੰਖ ਪਾਉ ਪਾਉ ਮੀਨਿੰਗ ਪਿਆਰ ਅਸੰਖ ਲੋਕ ਜਿਹੜੇ ਆ ਉਹ ਪਿਆਰ ਦਾ ਵਰਤਾਰ ਕਰ ਰਹੇ ਹੁਣ ਜੇ ਪਿਆਰ ਦਾ ਅਸੰਖ ਲੋਕ ਪਿਆਰ ਕਰ ਰਹੇ ਚੋਰ ਕਿੱਥੋਂ ਆ ਗਏ ਜਾਨੀ ਕਿ ਪਿਆਰ ਦਾ ਵਰਤਾ ਕਰ ਰਹੇ ਨੇ ਪਿਆਰ ਵਰਤ ਰਹੇ ਨੇ ਪਰ ਸਿਰਫ ਆਪਣੇ ਸਵਾਰਥ ਲਈ ਜਦੋਂ ਲੋੜ ਹੁੰਦੀ ਉਦੋਂ ਪਿਆਰ ਵਾਲੀ ਬੋਲੀ ਮਿੱਠੀ ਬੋਲੀ ਫਿਰ ਭਾਵੇਂ ਤੁਸੀਂ ਮਤਲਬ ਜੋ ਮਰਜੀ ਕਹਦੇ ਹੋ ਸੁਣ ਲੈਣਾ ਉਹਨਾਂ ਨੇ ਕਿਉਂਕਿ ਅੱਜ ਜ਼ਰੂਰਤ ਹੈ ਉਹਨਾਂ ਨੂੰ ਅੱਜ ਤੁਹਾਡੇ ਤੱਕ ਉਹਨਾਂ ਨੂੰ ਗਰਜ ਹੈ ਪਾਤਸ਼ਾਹ ਕਹਿੰਦੇ ਨੇ ਅਸੰਖ ਜਪ ਅਸੰਖ ਪਾਓ ਤੇ ਅਸੰਖ ਪੂਜਾ ਅਸੰਖ ਲੋਕ ਪੂਜਾ ਕਰ ਰਹੇ ਨੇ ਤਰ੍ਹਾਂ ਤਰ੍ਹਾਂ ਦੀ ਪੂਜਾ ਇੱਥੇ ਮੀ ਨਾ ਪਵੇ ਤਾਂ ਪੂਜਾ ਮੀ ਪੈ ਜਾਵੇ ਜਿਆਦਾ ਤਾਂ ਪੂਜਾ ਕਰ ਡਿਗ ਪਵੇ ਤਾਂ ਪੂਜਾ ਪੁੱਤਰ ਵਿਦੇਸ਼ ਨਾ ਜਾਵੇ ਤਾਂ ਪੂਜਾ ਤੀਆਂ ਹੋਣ ਪੁੱਤ ਚਾਹੀਦਾ ਹੋਵੇ ਤਾਂ ਪੂਜਾ ਔਲਾਦ ਨਾ ਹੋਵੇ ਤਾਂ ਪੂਜਾ ਘਰ ਚ ਕੋਈ ਬਿਮਾਰ ਪੈ ਜਾਵੇ ਤਾਂ ਪੂਜਾ ਪੂਜਾ ਦਾ ਕੋਈ ਰੂਪ ਹੈ ਦੁਕਾਨ ਨਾ ਚੱਲਦੀ ਹੋਵੇ ਤਾਂ ਪੂਜਾ ਪੂਜਾ ਦੇ ਬੜੇ ਰੂਪ ਨੇ ਪੂਜਾ ਹੋਰ ਅਸੰਖ ਲੋਕ ਪੂਜਾ ਕਰਨੇ ਅਸੰਖ ਤਪ ਤਾਉ ਅਸੰਖ ਲੋਕ ਤਪ ਤਾ ਕੇ ਬਿਠੇ ਨੇ ਧੂਣੀਆਂ ਤਪਾ ਕੇ ਬਿਠੇ ਨੇ ਪੁੱਠੇ ਲਮਕ ਕੇ ਤਪ ਸਾਧ ਰਹੇ ਨੇ ਨੰਗੇ ਪੈਰੀ ਜਾ ਰਹੇ ਨੇ ਆਪਣੇ ਸਰੀਰ ਉਤੇ ਦਾ ਜੋਰ-ਜੋਰ ਦੇ ਨਾਲ ਮਾਰ-ਮਾਰ ਕੇ ਸਰੀਰ ਚ ਖੂਨ ਕੱਢਦੇ ਨੇ ਅਸ ਤੁਸੀਂ ਵੇਖਿਆ ਨਾ ਕਿੰਨੇ ਕਿਸਮ ਦੀ ਪੂਜਾ ਹੋ ਰਹੀ ਹੈ ਕਿੰਨੇ ਕਿੰਨੇ ਯਾਤਰਾ ਲੋਕ ਨੰਗੇ ਪੈਰੀ ਕਰ ਜਾਂਦੇ ਤਪ ਸਾਧਦੇ ਕਰਦੇ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਲੋਕ ਗ੍ਰੰਥਾਂ ਦਾ ਮੁਖ ਨਾਲ ਪਾਠ ਕਰ ਰਹੇ ਜੇ ਅਸੰਖ ਲੋਕ ਜਿੱਥੇ ਹੁਣ ਸੰਖ ਲਬਜ ਜਿੱਥੇ ਗਿਣਤੀ ਮੁੱਕ ਗਈ ਜੇ ਸੰਖ ਲੋਕ ਗ੍ਰੰਥਾਂ ਦਾ ਪਾਠ ਕਰ ਰਹੇ ਤਾਂ ਚੋਰ ਬੇਈਮਾਨ ਕਿੱਥੋਂ ਆ ਗਏ ਗਲਵੜ ਹੱਤਿਆਕ ਮائیں ਕਿੱਥੋਂ ਆ ਗਏ ਆਪਾਂ ਕਹਿੰਦੇ ਦੁਨੀਆ ਨੂੰ ਪਾਠ ਕਰੋ ਭਾਈ ਉਹ ਭਾਈ ਇਹ ਹੋ ਰਿਹਾ ਨੇ ਪਾਠ ਮੈਂ ਅਕਸਰ ਕਹਿਣਾ ਹੁੰਦਾ ਜੇ ਆਪਾਂ ਗੁਰੂ ਰਣਸਰਬ ਦੀ ਗੱਲ ਕਰੀਏ ਪੁਰਾਣੇ ਸਮੇਂ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਧ ਹੋ ਰਹੇ ਨੇ ਅਕਸਰ ਆ ਜਿਹੜੇ ਸਰੂਪ ਮਹਾਰਾਜ ਦੇ ਪੜ ਪੜ ਕੇ ਬਿਰਦ ਹੋ ਰਹੇ ਆ ਪਾਠ ਪੜੇ ਜਾ ਰਹੇ ਤੇ ਬਿਰਦ ਹੋ ਰਿਹਾ ਨਾ ਪਰ ਪ੍ਰੋਬਲਮ ਇਹ ਹੈ ਪਾਠ ਗੁਰਦੁਆਰਿਆਂ ਚ ਪੜੇ ਜਾ ਰਹੇ ਆ ਤੇ ਕਿਸੇ ਲਈ ਪੜੇ ਜਾ ਰਹੇ ਆ ਜਿਹਦੇ ਲਈ ਪੜੇ ਜਾ ਰਹੇ ਉਹ ਘਰ ਬੈਠਾ ਹੈ ਇਹ ਤਾਂ ਪੜ ਪੜ ਕੇ ਉਹਦੇ ਅੰਕ ਬਿਰਧ ਹੋ ਜਾਂਦੇ ਨੇ ਫਿਰ ਉਹਨੂੰ ਅਗਰ ਭੇਟ ਕੋ ਫਿਰ ਨਵਾਂ ਸਰੂਪ ਆ ਜਾਂਦਾ ਹੈ ਪਹਿਲਾਂ ਸਿੱਖ ਬਾਣੀ ਆਪਣੇ ਲਈ ਪੜਦਾ ਸੀ ਹੁਣ ਦੂਜੇ ਲਈ ਪੜੀ ਜਾ ਰਹੀ ਹੈ ਪਾਠ ਪੜੇ ਜਾ ਰਹੇ ਆ ਪਾਠ ਬਹੁਤ ਕੀਤੇ ਜਾ ਰਹੇ ਆ ਪਰ ਦੂਜੇ ਲਈ ਸਿੱਖ ਨੇ ਆਪਣੇ ਲਈ ਬਾਣੀ ਪੜਨੀ ਆਪਣੇ ਆਪ ਲਈ ਪੜੋ ਸਹਿਜ ਪਾਠ ਕਰੋ ਬਾਣੀ ਅਰਥਾਂ ਸਹਿਤ ਸਮਝੋ ਤੇ ਆਪਣੀ ਜ਼ਿੰਦਗੀ ਚ ਉਹਨਾਂ ਉਪਦੇਸ਼ ਸਖਿਆਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ ਅਸੰਖ ਗ੍ਰੰਥ ਮੁਖ ਵੇ ਇੱਥੇ ਲੁਕਣਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਲੋਕ ਗ੍ਰੰਥਾਂ ਦਾ ਮੁਖ ਨਾਲ ਪਾਠ ਕਰ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਭਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਮੁਖ ਦੁਆਰਾ ਵੇਦਾਂ ਦਾ ਧਰਮ ਗ੍ਰੰਥਾਂ ਦਾ ਪਾਠ ਕਰ ਰਹੇ ਨੇ ਤੁਪਾਸ਼ਾ ਕਹਿੰਦੇ ਨੇ ਅਸੰਖ ਜੋਗ ਅਸੰਖ ਲੋਕ ਯੋਗ ਅਭਿਆਸ ਨਹੀਂ ਕਰ ਰਿਹਾ ਨਿਯੋਲੀ ਕਰਮ ਕਰ ਰਿਹਾ ਸਾਹ ਤਾਂ ਠਾਂ ਠਾਂ ਕਰ ਰਿਹਾ ਬੜੇ ਬੜੇ ਪ੍ਰਕਾਰ ਦੇ ਸਾਧਨ ਸਾਧ ਰਿਹਾ ਅਸੰਖ ਜੋਗ ਮਨ ਰਹੇ ਉਦਾਸ ਤੇ ਅਸੰਖ ਲੋਕ ਮਾਇਆ ਤੋਂ ਉਪਰਾਮ ਰਹਿਣ ਦਾ ਦਿਖਾਵਾ ਵੀ ਕਰ ਰਿਹਾ ਵੀ ਮੈਂ ਉਪਰਾਮ ਆ ਜੀ ਬਿਲਕੁਲ ਮੈਂ ਇਤੋਂ ਰਹਿਤ ਹੋ ਗਿਆ ਅਸੰਖ ਜੋਗ ਮਨ ਰਹੇ ਉਦਾਸ ਤੇ ਗੁਰਦੇਵ ਜੀ ਕਹਿੰਦੇ ਅਸੰਖ ਭਗਤ ਇੱਥੇ ਹੁਣ ਭਗਤ ਦੇ ਤੱਤੇ ਨੂੰ ਕੋਈ ਔਂਕੜ ਨਹੀਂ ਹੈ ਪਾਵ ਬਹੁਵਚਨ ਕਿਉਂਕਿ ਇਹ ਭਗਤ ਬਹੁਵਚਨ ਵਾਸਤੇ ਸ਼ਬਦ ਹੈ ਜਦੋਂ ਭਗਤ ਦੇ ਤੱਤੇ ਨੂੰ ਓਮ ਕੜਾਏਗਾ ਨਾ ਉਹ ਇੱਕਵਚਨ ਹੋਏਗਾ ਇੱਕਵਚਨ ਇੱਕ ਭਗਤ ਦੀ ਗੱਲ ਹੈ ਹੁਣ ਇੱਥੇ ਜਦੋਂ ਭਗਤ ਦੇ ਤੱਤੇ ਨੂੰ ਸਿਆਰੀ ਆਏਗਾ ਉਹ ਇਸਤਰੀ ਲਿੰਗ ਸ਼ਬਦ ਹੋਏਗਾ ਭਗਤੀ ਇਬਾਦਤ ਹੁਣ ਸ਼ਬਦ ਤਿੰਨਾਂ ਨੂੰ ਭਗਤੀ ਪੜ ਰਹੇ ਆਪਾਂ ਹੁਣ ਇੱਥੇ ਭਗਤ ਦੇ ਤੱਤੇ ਨੂੰ ਕੋਈ ਮਾਤਰਾ ਨਹੀਂ ਅਸੰਖ ਭਗਤ ਅਸੰਖ ਭਗਤ ਗੁਣ ਗਿਆਨ ਵਿਚਾਰ ਗੁਣਾ ਦੀ ਵਿਚਾਰ ਕਰ ਰਿਹਾ ਵਖਿਆਨ ਕਰ ਰਿਹਾ ਹੁਣ ਜੀ ਹੁਣ ਇਹ ਗੱਲਾਂ ਆਪਾਂ ਨਾਲ ਨਾਲ ਜੋੜ ਕੇ ਵੇਖਣੀ ਆ ਜੇ ਸੰਖ ਲੋਕ ਹੀ ਰੱਬ ਦੇ ਗੁਣਾ ਦੀ ਵਿਚਾਰ ਕਰ ਰਿਹਾ ਕਰ ਰਿਹਾ ਅਗਲੇ ਤੋਂ ਉੱਪਰ ਉੱਪਰ ਦੱਸ ਰਿਹਾ ਉਹ ਨਿਰਭਾਉ ਹੈ ਦੱਸ ਰਿਹਾ ਉਹ ਨਰਵੈਰ ਆਪ ਨਰਵੈਰ ਨਹੀਂ ਹੋਏ ਜੀ ਦੱਸ ਰਿਹਾ ਉਹ ਨਿਰਭਾਉ ਆ ਆਪ ਡਰੀ ਜਾਂਦੇ ਆ ਜੇ ਆ ਨਾ ਕੀਤਾ ਐਂ ਜੋ ਜੋ ਐ ਨਾ ਕੀਤਾ ਐਂ ਜੋ ਜੋ ਸ਼ਨੀਵਾਰ ਦੇ ਲੋਹਾ ਲੈ ਆਏ ਤਾਂ ਸਾਰਾ ਨੁਕਸਾਨ ਹੋ ਜਾਣਾ ਹੈ ਪਿੱਛੋਂ ਆਵਾਜ਼ ਮਾਰੀ ਤਾਂ ਪ੍ਰੋਬਲਮ ਆ ਜਾਣੀ ਹੈ ਐਦਾਂ ਹੋ ਜਾਣਾ ਹੈ ਸਾਡਾ ਤੁਸੀਂ ਵੇਖੋ ਭਗਤੀ ਦਾ ਦਾਵਾ ਕਰਨ ਵਾਲੇ ਬੰਦੇ ਨਿੱਕੀਆਂ ਨਿੱਕੀਆਂ ਕਰਮ ਕਾਂਡਾਂ ਨੂੰ ਕਰ ਰਿਹਾ ਆਪਣੀ ਜ਼ਿੰਦਗੀ ਚ ਵਹਿਮਾਂ ਵਿੱਚ ਪਾ ਕੇ ਆਪਣੀ ਜ਼ਿੰਦਗੀ ਤਬਾਹ ਕਰ ਰਿਹਾ ਅਸੰਖ ਅਸੰਖ ਭਗਤ ਗੁਣ ਗਿਆਨ ਵਿਚਾਰ ਤੇ ਪਾਸ਼ਾਗੇ ਕਹਿੰਦੇ ਨੇ ਅਸੰਖ ਸਤੀ ਸਤੀ ਮੀਨੰ ਸਤ ਵਾਲੇ ਕੈਰੇਕਟਰ ਵਾਲੇ ਧਰਮੀ ਲੋਕ ਅਸੰਖ ਧਰਮੀ ਲੋਕ ਵੀ ਹੈਗੇ ਪਰ ਕਿਹੜੇ ਜਿਹੜੇ ਧਰਮ ਦਾ ਦਾਵਾ ਕਰਦੇ ਸੀ ਅਸੰਖ ਦਾਤਾਰ ਦਾਤੇ ਵੀ ਹੈਗੇ ਇੱਥੇ ਅਸੰਖ ਦਾਨੀ ਵੀ ਹੈਗੇ ਕਿਹੜੇ ਦਾਨੀ ਆਪਾਂ ਵੇਖਦੇ ਆਂ ਕਿੰਨੇ ਲੋਕ ਦਾਨ ਕਰਦੇ ਭਾਵੇਂ ਦਾਨ ਲਬਜ ਸਿੱਖਾਂ ਦਾ ਨਹੀਂ ਸੀ ਪਰ ਦੱਸ ਰਿਹਾ ਇੱਥੇ ਲੋਕ ਤੁਸੀਂ ਅੱਜ ਵੀ ਗੁਰਦੁਆਰੇ 'ਚ ਸ਼ਬਦ ਬੋਲਿਆ ਜਾਂਦਾ ਫਲਾਣੇ ਬੰਦੇ ਨੇ ਗੁਰੂ ਘਰ ਨੂੰ 11000 ਦਾਨ ਦਿੱਤਾ ਦਾਨਦਾਨੀ ਕਰਦਾ ਆਪਾਂ ਤੇ ਭਿਖਾਰੀ ਆ ਹੁਣ ਅਸੀਂ ਗੱਲ ਕਰ ਆ ਵੀ ਜਿਹੜੇ ਆਪਣੇ ਆਪ ਨੂੰ ਦਾਨੀ ਅਖਵਦੇ ਅਸੰਖ ਦਾਨ ਅੱਛਾ ਜੀ ਅਸੰਖ ਦਾਨੀ ਹੈਗੇ ਸੀ ਤੇ ਗੱਲ ਕੌਣ ਵੱਡ ਗਿਆ ਫਿਰ ਗੱਲ ਵੱਡ ਹੱਤਿਆ ਕਮਾਈ ਕੌਣ ਕਰ ਗਿਆ ਅਗਲੀ ਟੋਕ ਜਾਇਆ ਨਾ ਅਸੰਖ ਗੱਲ ਵੱਡ ਹਤਿਆਕੋ ਮਾਹ ਅਸੰਖ ਲੋਕ ਗਲਵੜ ਹਤਿਆਕ ਕਰ ਰਹੇ ਨੇ ਬੇਈਮਾਨੀ ਕਰ ਰਿਹਾ ਲੁੱਟ ਖਸੁੱਟ ਕਰ ਰਿਹਾ ਦੂਜਿਆਂ ਦਾ ਨੁਕਸਾਨ ਕਰ ਰਿਹਾ ਆਪਾਂ ਸਮਾਜ ਵਿੱਚ ਵੇਖਦੇ ਦੋਵੇਂ ਪੱਖ ਹੀ ਨੇ ਬੰਦਾ ਬੇਈਮਾਨੀਆਂ ਵੀ ਕਰ ਜਾਂਦਾ ਹੁਣ ਜੇ ਆਪਾਂ ਮਲਕ ਭਾਗੋ ਦੀ ਗੱਲ ਕਰੀਏ ਮਲਕ ਭਾਗ ਲੰਗਰ ਖਵਾ ਰਿਹਾ ਇਹ ਪੱਖ ਵੇਖ ਕੇ ਲੱਗਦਾ ਬੜਾ ਵਧੀਆ ਕੰਮ ਕਰ ਰਿਹਾ ਜੀ ਲੰਗਰ ਲਾ ਕੇ ਬੈਠਾ ਪਰ ਦੂਜੇ ਬੰਦੇ ਉਹ ਦੂਜਿਆਂ ਨਾਲ ਬੇਈਮਾਨੀਆਂ ਵੀ ਕਰਦਾ ਠੱਗੀਆਂ ਵੀ ਮਾਰਦਾ ਦੂਜਿਆਂ ਦਾ ਗਰੀਬਾਂ ਦਾ ਖੂਨ ਵੀ ਨੀ ਜੋੜਦਾ ਲੰਗਰ ਵਾਲਾ ਪੱਖ ਵੇਖੋਗੇ ਤੇ ਬੜਾ ਵਧੀਆ ਲੱਗਣਾ ਦੂਜਾ ਪੱਖ ਵੇਖੋ ਤੇ ਕਹਣਾ ਯਾਰ ਇਹ ਦੂਜਾ ਕੰਮ ਕਰੀ ਜਾਂਦਾ ਇਹ ਤੇ ਬੇਈਮਾਨੀਆਂ ਠਗੀਆਂ ਕਰਨ ਵਾਲਾ ਕਈ ਬੰਦੇ ਹੁੰਦੇ ਨੇ ਲਗਾਤਾਰ ਸਾਲ ਠੱਗੀ ਮਾਰ ਲੋ ਸਾਲ ਚ ਇੱਕ ਵਾਰੀ ਜੇ Hindu ਹੋਣਗੇ ਹਵਨ ਕਰਾਰਨਗੇ ਸਿੱਖ ਹੋਣਗੇ ਤੇ ਖੰਡ ਪੜ ਬਾਬਾ ਜੀ ਨੂੰ ਸੱਧੋ ਘਰ ਚ ਬਾਬਾ ਜੀ ਦੇ ਚਰਨ ਪਾਓ ਡਰਾਈ ਫਰੂਟ ਅੱਗੇ ਰੱਖੋ ਉਹਨਾਂ ਦੇ ਕਾਜੂ ਪਿਸਤੇ ਬਦਾਮ ਰੱਖੋ ਤੇ ਬਾਬਾ ਜੀ ਅਰਦਾਸ ਕਰੋ ਉਹਨਾਂ ਫਿਰ ਇੱਕ ਵਾਰੀ ਕੀ ਕਿ ਦਿਨ ਦੁਗਣੀ ਤੇ ਰਾਤ ਚਾਗੁਣੀ ਤਰੱਕੀ ਮਾਲਕ ਬਖਸ਼ੇ ਹੈਗੇ ਨੇ ਲੋ ਦਾਤੇ ਵੀ ਖਵਾਈ ਜਾਣੇ ਆ ਤੇ ਆਪਣੇ ਆਪ ਨੂੰ ਸਾਰੇ ਕੰਮ ਕਰ ਜਣੇ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਅਸੰਖ ਸੂਰ ਵੀ ਹੈਗੇ ਦੁਨੀਆ ਤੇ ਮੂੰਹ ਪੱਕਸਾਰ ਜਿਹੜੇ ਆਪਣੇ ਮੂੰਹ ਤੇ ਐ ਮਤਲਬ ਬੜੇ ਬੜੇ ਵਾਰ ਸਹਿਣ ਵਾਲੇ ਜਿਹੜੇ ਬਹਾਦਰ ਸੂਰਮੇ ਵੀ ਸੰਸਾਰ ਤੇ ਹੈਗੇ ਜੀ ਇੰਨੇ ਸੂਰਮੇ ਵੀ ਹੈਗੇ ਆ ਇੰਨੇ ਬਹਾਦਰੀ ਵੀ ਹੈਗੇ ਆ ਤੇ ਫਿਰ ਜ਼ੁਲਮ ਕਰਨ ਵਾਲੇ ਕੌਣ ਹੋਏ ਤੇ ਜ਼ੁਲਮ ਸਹਿਣ ਵਾਲੇ ਕੌਣ ਹੋਏ ਕਿਉਂਕਿ ਜਿਹੜੇ ਜੇ ਅਸੰਖ ਲੋਕ ਬਹਾਦਰ ਹੈਗੇ ਆ ਤੇ ਬਹਾਦਰ ਬੰਦਾ ਤੇ ਜ਼ੁਲਮ ਸਹਿ ਨਹੀਂ ਸਕਦਾ ਤੋ ਜਾਨੀ ਕਿ ਪਾਤਸ਼ਾਹ ਕੰਦੇ ਨੇ ਦੋਰੀ ਗੇਮ ਚੱਲ ਰਹੀ ਹੈ ਇੱਥੇ ਬੰਦਾ ਬੰਦਾ ਠੱਗੀਆਂ ਵੀ ਮਾਈ ਜਾ ਰਿਹਾ ਹੈ ਬੇਈਮਾਨੀਆਂ ਵੀ ਕਰੀ ਜਾ ਰਿਹਾ ਹੈ ਤੇ ਧਰਮ ਦੇ ਸਰੀਰ ਦੇ ਤਲ ਉਪਰ ਕਰਮ ਕਰਕੇ ਧਰਮ ਹੀ ਹੋਣ ਦਾ ਨਾਟਕ ਵੀ ਕਰੀ ਜਾ ਰਿਹਾ ਤੋ ਪਾਤਸ਼ਾਹ ਕੰਦੇ ਸੰਖ ਸਤੀ ਅ ਸੰਖ ਦਾ ਤਾਰ ਅ ਸੰਖ ਸੂਰ ਮੂਹ ਪੱਕਸਾਰ ਸੰਖ ਮੋਨ ਅ ਸੰਖ ਮੋਨੀ ਵੀ ਹੈਗੇ ਐਦਾਂ ਸਮਾਧੀਆਂ ਲਾ ਕੇ ਬੈਠੇ ਲੇਵ ਲਾਇ ਤਾਰ ਐਦਾਂ ਵੀ ਸੁਰਤ ਜੋੜ ਕੇ ਬੈਠੇ ਬਾਬਾ ਜੀ ਦੇ ਦੁਦੰਤਰ ਘੇਟੇ ਸਮਾਧੀ ਲਾ ਕੇ ਬਹਿੰਦੇ ਬਾਬਾ ਜੀ ਤੇ ਅੰਤਰ ਧਿਆਨੋ ਕੇ ਬਿੰਦਿ ਅਸੰਖ ਮੋਨ ਲੇਵ ਲਾਇ ਤਾਰ ਤੇ ਫਾਸ਼ਕ ਕਹਿੰਦੇ ਕੁਦਰਤ ਕੌਣ ਮੇਰੀ ਕੀ ਪਾਇਆ ਮਹਾਰਾਜ ਇਡੀ ਵੱਡੇ ਵਿਸਾਰੇ ਵਿੱਚੋਂ ਮੈਂ ਬਿਆਨ ਕਰ ਸਕ ਜਦ ਸ਼ਬਦ ਹੀ ਕੁਦਰਤ ਅਸੰਖ ਸ਼ਬਦ ਹੀ ਅਸੰਖ ਵਰਦਤਾ ਮੇਰੀ ਕੀ ਸਮਰੱਥਾ ਮਾਲਕ ਜੀ ਕਿ ਕਿੰਨੇ ਵੱਡੇ ਪਸਾਰੇ ਨੂੰ ਮੈਂ ਲਬਜ਼ਾਂ ਨਾਲ ਬਿਆਨ ਕਰ ਸਕਾਂ ਹੁਣ ਧਿਆਨ ਨਾਲ ਸੁਣਿਓ ਆ ਜਿਹੜੀਆਂ 17 ਨੰਬਰ ਤੇ 18 ਨੰਬਰ ਪੌੜੀਆਂ ਨਾ ਗੁਰੂ ਪਿਆਰੀ ਸਾ社 ਸੰਗਤ ਜੀ ਇਹਨਾਂ ਨੂੰ ਇਦਾਂ ਹੁਣ ਇਹੋ ਇਹੋ ਬਾਣੀਆਂ ਜਿਹੜੀਆਂ ਦਾ ਹਿੱਸੇ ਰੇ ਮਿੰਟੋ ਮੈਂਟੀ ਪੜ ਕੇ ਦਾਵਾ ਕਰਦੇ ਜੀ ਮੈਂ ਜਪਜੀ ਸਾਹਿਬ ਦਾ ਪਾਠ ਤਾਂ ਰੋਜ਼ ਕਰਦਾ ਮੈਂ ਤਾਂ ਪੰਜ ਪਾਠ ਰੋਜ਼ ਕਰਦਾ ਉਹ ਪੰਜ ਦੀ ਜਗ੍ਹਾ ਨਾ ਅੱਧਾ ਕਰ ਲੋ ਇੱਕ ਕਰ ਲੋ ਪਰ ਆਹ ਵੇਖੋ ਕਿਤੇ ਆਹ ਕੰਮ ਤਾਂ ਨਹੀਂ ਹੋ ਰਿਹਾ ਬੀ ਲੁੱਟਕਸੋਟ ਵੀ ਕਰੀ ਜਾਂਦੇ ਠੱਗੀਆਂ ਵੀ ਮਾਰੀ ਜਾਂਦੇ ਆ ਅਸੰਖ ਵਾਲੀਆਂ ਦੋਵੇਂ ਪੜੇ 17 ਤੇ 18 ਨੰਬਰ ਪੌੜੀਆਂ ਜੋੜ ਕੇ ਪੜ ਕੇ ਵੇਖਿਓ ਪਹਿਲੀ ਪੌੜੀ ਚ ਕਿਆ ਇਹਨੇ ਧਰਮ ਕਰਮਨ ਭਾਈ ਜਾ ਰਿਆ ਮਗਲੀ ਪੌੜੀ ਚ ਕਿਆ ਚੋਰ ਠਾ ਕਿੱਥੋਂ ਆਗੇ ਫਿਰ ਇਹ ਇਹ ਵਖਰੀ ਦੁਨੀਆ ਚ ਆ ਗਿਆ ਜਾਨੀ ਕਿ ਇਹ ਵਿੱਚੇ ਬੈਠੇ ਜਿਵੇਂ ਬਾਣੀ ਚ ਲਿਖਿਆ ਵੀ ਨਾਵਣ ਚੱਲੇ ਤੀਰਥੀ ਤੀਰਥਾਂ ਤੇ ਨਾਉਣ ਵਾਲੇ ਵੀ ਜਾ ਰਿਆ ਤੇ ਚੋਰ ਕਿੱਥੋਂ ਆ ਕੇ ਚੋਰੀ ਵਿੱਚੇ ਬੈਠੇ ਆ ਟਰਾਲੀ ਚ ਬੈਠੇ ਆ ਬੱਸ ਚ ਬੈਠੇ ਆ ਉਹ ਵੀ ਨਾਲ ਹੀ ਜਾ ਰਿਆ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨ ਦੇ ਖੋਟਿਆ ਤਨ ਦੇ ਚੋਰ ਇੱਕ ਭੌ ਲੱਥੀ ਨਾਤੇ ਆ ਤੇ ਦੋਏ ਪਾ ਚੜੀਆ ਸਹੋਰ ਬਾਹਰ ਧੋਤੀ ਤੁੰਬੜੀ ਤੇ ਅੰਦਰ ਵੇਸ ਨਕੋਰ ਤੇ ਪਾਸ਼ਾ ਕਹਿੰਦੇ ਸਾਦ ਭੜੇ ਨਨਾਤੇ ਆ ਚੋਰ ਸੇ ਚੋਰਾ ਚੋਰ ਜਾਨੀ ਕਿ ਧਰਮ ਕਰਮ ਵੀ ਨਿਭਾਈ ਜਾਂਦੇ ਆ ਤੇ ਨਾਲ ਠੱਗੀਆਂ ਬੇਈਮਾਨੀਆਂ ਲੁੱਟਖਸੋਟ ਵੀ ਪਾਸ਼ਾ ਦੀ ਬਾਣੀ ਕਹਿੰਦੀ ਕਰੀ ਜਾਂਦੇ ਆ ਤੇ ਪਾਸ਼ਾ ਕਹਿੰਦੇ ਕੁਦਰਤ ਕਹਣ ਕਹਾ ਵਿਚਾਰ ਮਹਾਰਾਜ ਮੈਂ ਤੁਹਾਡੀ ਕੁਦਰਤ ਦੀ ਤੁਹਾਡੀ ਏਡੇ ਵੱਡੇ ਪਸਾਰੇ ਦੀ ਕੀ ਵਿਆਖਿਆ ਕਰ ਸਕਾਂ ਮੈਂ ਤੇ ਅੰਤ ਪਾਉਣਾ ਤੇ ਬਹੁਤ ਦੂਰ ਦੀਆਂ ਗੱਲਾਂ ਮੇਰੇ ਕੋਲ ਤਾਂ ਇੱਕ ਵਾਰ ਕੁਰਬਾਨ ਵੀ ਨਹੀਂ ਹੋਇਆ ਜਾਣਾ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਹਾਂ ਜੋ ਤੁਧ ਭਾਵੇ ਸਾਈ ਪਲੀ ਕਰ ਜੋ ਤੁਹਾਨੂੰ ਪੌਂਦਾ ਉਹ ਕੰਮ ਉਹ ਕਰ ਮੈਨੂੰ ਵੀ ਚੰਗਾ ਲੱਗ ਜਾਏ ਤੂੰ ਸਦਾ ਸਲਾਮਤ ਨਿਰੰਕਾਰ ਤੋ ਪਾਸ਼ਾ ਨੇ ਇਸ ਸੁਮੱਚੀ ਪੌੜੀ ਵੀ ਜੋ ਬਿਆਨ ਕੀਤਾ ਵੀ ਅਸ਼ੰਖ ਲੋਕ ਜਪ ਕਰਨ ਵਾਲੇ ਆ ਅਸ਼ੰਖ ਲੋਕ ਹੀ ਪਿਆਰ ਕਰਨ ਵਾਲੇ ਇਸ ਦੁਨੀਆ ਤੇ ਬੈਠੇ ਆ ਸਵਾਲ ਹੀ ਪੈਦਾ ਹੁੰਦਾ ਜੇ ਅਸ਼ੰਖ ਲੋਕ ਪਿਆਰ ਕਰਨ ਵਾਲੇ ਬੈਠੇ ਆ ਤੇ ਮੋਹ ਦਾ ਚੱਕੜ ਫੇ ਕਿੱਥੋਂ ਆ ਗਿਆ ਕਿਉਂਕਿ ਪਿਆਰ ਵਿੱਚ ਤੇ ਬੰਦਾ ਠਹਿ ਪਿਆਰ ਵਿੱਚ ਤੇ ਬੰਦਾ ਕਿਸੇ ਦਾ ਧੋਖਾ ਥੋੜਾ ਕਰਦਾ ਫਿਰ ਪਰ ਪਿਆਰ ਲੋਕੀ ਵਰਤ ਰਹੇ ਆ ਜਦੋਂ ਲੋੜ ਹੁੰਦੀ ਹੈ ਉਦੋਂ ਫਿਰ ਦਾ ਮੱਥਾ ਨਹੀਂ ਚੁੰਮਦੇ ਆਣ ਕੇ ਇਦਾਂ ਇਦਾਂ ਭਰਾ ਦਾ ਭਰਾ ਦੇ ਬੱਚੇ ਦਾ ਮੱਥਾ ਚੁੰਮਦੇ ਇਦਾਂ ਉਹ ਉਹ ਸੋਚਦਾ ਵੀ ਅੱਜ ਚਾਚੇ ਨੂੰ ਪਤਾ ਨਹੀਂ ਕਿ ਅੱਜ ਤਾਏ ਨੂੰ ਪਤਾ ਨਹੀਂ ਕੀ ਹੋਇਆ ਪਰ ਇਹਨਾਂ ਨੇ ਪਤਾ ਵੀ ਅੱਜ ਤਾਏ ਨੂੰ ਜ਼ਰੂਰਤ ਹੈ ਅੱਜ ਚਾਚੇ ਨੂੰ ਜ਼ਰੂਰਤ ਹੈ ਅੱਜ ਭੂਆ ਆਣ ਕੇ ਭਤੀਜਾ ਦਾ ਮੱਥਾ ਚੁੰਮਦੀ ਹੈ ਕਿਉਂ ਅੱਜ ਭੂਆ ਨੂੰ ਕੁਝ ਚਾਹੀਦਾ ਹੈ ਅੱਜ ਮਾਸੜਾਂ ਕੇ ਨਿਆਣਿਆਂ ਦੇ ਗੱਲ ਮਿਲ ਰਿਹਾ ਕੋਈ ਚਾਹੀਦਾ ਤ ਨਹੀਂ ਇਹਨੂੰ ਅੱਜ ਇਹਦਾ ਜਫੀਆਂ ਘੁੱਟ ਘੁੱਟ ਕੇ ਫੁੱਫੜ ਪਾ ਰਿਹਾ ਕੋਈ ਚਾਹੀਦਾ ਤ ਨਹੀਂ ਪਿਆਰ ਵਰਤ ਰਿਹਾ ਕਦੋਂ ਜਦੋਂ ਜ਼ਰੂਰਤ ਪੈਂਦੀ ਆ ਜੇ ਕਿਤੇ ਸੱਚੀ ਪਿਆਰ ਵਾਲਾ ਵਰਤਾਅ ਹੁੰਦਾ ਤੇ ਦੁਨੀਆ ਦੀ ਤਸਵੀਰ ਨਾ ਬਦਲ ਜਾਂਦੀ ਦੁਨੀਆ ਦੇ ਵਿੱਚ ਜ਼ਿੰਦਗੀ ਜਿਉਣ ਦੇ ਤਰੀਕੇ ਨਾ ਸੰਸਾਰ ਦੇ ਲੋਕਾਂ ਦੇ ਬਦਲ ਜਾਂਦੇ ਅਸੰਖ ਜੱਪ ਅਸੰਖ ਪਾਉ ਅਸੰਖ ਪੂਜਾ ਅਸੰਖ ਕਿਸਮ ਦੇ ਲੋਕ ਪੂਜਾ ਕਰ ਰਿਹਾ ਪਰ ਕਿਦਾਂ ਵਿਖਾਵੇ ਦੀ ਪੂਜਾਈਦਾ ਗੜਕਾ ਫੜ ਕੇ ਬੈਠਾ ਤਾਂ ਕਿ ਗਾਖ ਨੂੰ ਲੱਗੇ ਇਸੇ ਦੁਕਾਨ ਤੇ ਜਾਵਾਂ ਬਾਬਾ ਜੀ ਵਧੀਆ ਪਾਠੀ ਪਾਠ ਕਰ ਰਿਹਾ ਬਾਬਾ ਜੀ ਇਹ ਮੇਰ ਨਾਲ ਬੇਈਮਾਨੀ ਨਹੀਂ ਕਰਨਗੇ ਪਰ ਕਈ ਵਾਰੀ ਇਦਾਂ ਫੋਟੋ ਵਾਲ ਹੱਥ ਕਰਕੇ ਨੀਤਾ ਫੋਟੋ ਵੀ ਕਈ ਵਾਰੀ ਤੁਸੀਂ ਵੇਖਿਆ ਕਾਊਂਟਰ ਦੇ ਲਾਗੇ ਲਾਈ ਹੁੰਦੀ ਤਾਂ ਕਿ ਪਤਾ ਲੱਗੇ ਅਛਾ ਕਈਆਂ ਨੇ ਫੋਟੋਆਂ ਸਾਰੀਆਂ ਲਾਈਆਂ ਹੁੰਦੀਆਂ ਵੀ ਬ੍ਰਾਹਮਣ Hindu ਆਵੇ ਨੂੰ ਲੱਗੇ ਵੀ ਇਹ ਦੇਵੀ ਨੂੰ ਵੀ ਮੰਨਦਾ ਤੇ ਸੇਖ ਆਵੇ ਕਵੇ ਬਾਬੇ ਨਾਨਕ ਨੂੰ ਹੀ ਮੰਨਦਾ ਤੇ ਇੱਕ ਬਨੇ ਸਾਈਂ ਬਾਬਾ ਦੀ ਵੀ ਲਾਈ ਹੁੰਦੀ ਵੀ ਤਾਂ ਕਿ ਕੋਈ ਗਾਹ ਖਾਲੀ ਜਾਵੇ ਉਹ ਭਲਿਆ ਇੰਨਾ ਨਾ ਥੱਲੇ ਡਿਗ ਇਹ ਦੱਸ ਵੀ ਪੰਚਾਂ ਕਾ ਗੁਰੇ ਇੱਕ ਧਿਆ ਜਿਹੜਾ ਪੰਚ ਹੁੰਦਾ ਨਾ ਉਹਦਾ ਇੱਕੇ ਗੁਰੂ ਵੱਲ ਧਿਆਨ ਹੁੰਦਾ ਉਹ ਕਹਿੰਦਾ ਮੈਂ ਆਪਣੇ ਗੁਰੂ ਨੂੰ ਮੰਨਦਾ ਭਾਈ ਮੇਰੀ ਮੇਰੀ ਇਮਾਨਦਾਰੀ ਮੇਰਾ ਕੰਮ ਹੀ ਮੇਰੀ ਪੂਜਾ ਵਾ ਮੈਂ ਆਪਣੇ ਕੰਮ ਨੂੰ ਪੂਜਾ ਬਣਾ ਲਿਆ ਮੈਂ ਆਪਣੇ ਇਮਾਨਦਾਰ ਨਜਰੋਂ ਕੰਮ ਕਰਦਾ ਨਾ ਇਹੋ ਮੇਰੀ ਇਬਾਦਤ ਹੈ ਇਹੋ ਮੇਰੀ ਪੂਜਾ ਹੈ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਲੋਕ ਤਪ ਕਰਨ ਵਾਲੇ ਆ ਹੰਕ ਲੋਕ ਧੂਨੀਆਂ ਤਾਕੇ ਬੈਠੇ ਅੱਠ ਦਾਵਾ ਕਰਦੇ ਜਿਵੇਂ ਬਾਣੀ ਦਾ ਇੱਕ ਵਣਖੰਡ ਵੈਸੇ ਜਾਏ ਸਾਧਨ ਦੇਵਹੀਂ ਇੱਕ ਪਾੜਾ ਕਕਰ ਭਨ ਸੀਤਲ ਜਲ ਹੋਵੇਹੀਂ ਇੱਕ ਭਸਮ ਚੜਾਵੇ ਅੰਗ ਮੈਲ ਨਾ ਤੋਵੇਹੀਂ ਇੱਕ ਇੱਕ ਨਗਨ ਫਰੈਂਦਨ ਰਾਤ ਨੀਂਦ ਨਾ ਸੋਵੇਹੀਂ ਇੱਕ ਜਟਾ ਵਿਗੜ ਬਿਕਰਾਲ ਜੜਾਵਾਂ ਵਧਾ ਕੇ ਬੈਠੇ ਠੰਡਿਆਂ ਪਾਣੀਆਂ 'ਚ ਖਲੋਤੇ ਆ ਸਰੀਰ ਤੇ ਸੁਆਹ ਮਲ ਕੇ ਬੈਠੇ ਆ ਪਾਚ ਕਹਿੰਦੇ ਬਿਨ ਨਾਮੇ ਤਨ ਸ਼ਾਰ ਕਿਆ ਕਹਿ ਰੋ ਮੀ ਬਿਨਾ ਨਾਮ ਤੋ ਬਿਨਾ ਸੱਚ ਤੋ ਸੁਆਵ ਵਰਗੇ ਕਾਮ ਜਿਹੜੇ ਕਿਸੇ ਲਿਖੇ ਨਹੀਂ ਹੈਗੇ। ਤੋਂ ਅਸੰਖ ਪੂਜਾ ਅਸੰਖ ਤਪਸਾਓ ਗੁਰਦੇਵ ਜੀ ਕਹਿੰਦੇ ਅਸੰਖ ਗ੍ਰੰਥ ਮੁਖ ਵੇਦ ਪੜ ਅਸੰਖ ਲੋਕ ਗ੍ਰੰਥਾਂ ਦਾ ਮੂੰਹ ਨਾਲ ਵੀ ਪਾਠ ਕਰੀ ਜਾਂਦੇ ਆਪਾਂ ਕਹਿੰਨੇ ਬੰਦਾ ਪੜਦਾ ਨਹੀਂ ਪੜਦੇ ਆ ਪਰ ਆਪਣੇ ਲੋੜ ਨੂੰ ਆਪਣੇ ਸਵਾਰਥ ਨੂੰ ਪੜਦੇ ਜ਼ਿੰਦਗੀ ਬਦਲਣ ਲਈ ਨਹੀਂ ਪੜ ਰਹੇ। ਗੁਰੂ ਗ੍ਰੰਥ ਸਾਹਿਬ ਦੇ ਪਾਠ ਬਹੁਤ ਹੋ ਰਹੇ ਨੇ। ਕਿੰਨੀਆਂ ਭੈਣਾਂ ਪਾਠ ਕਰ ਰਹੀਆਂ ਨੇ। ਕਈਆਂ ਨੇ ਕਿਚਨ ਦੇ ਵਿੱਚ ਨਾ ਸ਼ਬਦ ਲਿਖ ਕੇ ਲਾਏ ਹੁੰਦੇ ਆ। ਪਾਠ ਪੜਦੇ ਆ। ਬਾਬਾ ਜੀ ਨੇ ਕਿਹਾ ਸੀ 40 ਦਿਨ ਪੜਿਓ ਪੁੱਤਰ ਹੋਏਗਾ, ਪੋਤਰਾ ਹੋ ਜਾਏਗਾ। ਅੱਛਾ 40 ਦਿਨਾਂ ਬਾਅਦ ਪੋਤੀ ਗੁਰਦ੍ਰੇ ਰਖਾਏ ਮੁੜ ਕੇ। ਫੇਤੋਂ ਪੁੱਤ ਜੀ ਕਿ ਲੋੜਾ ਅੱਛਾ ਮੈਂ ਕਈ ਬੰਗਲਾ ਸਾਹਿਬ ਜੀ ਨੂੰ ਕਥਾ ਕਰਨੀ ਤੇ ਕਈ ਵਾਰੀ ਵੇਖਣਾ ਕਈ ਖਲੋਕੇ ਪਾਠ ਕਰਨੇ ਮੈਂ ਕਹਿੰਦਾ ਪੱਕਾ ਇਹਨੂੰ ਕਿਸੇ ਬਾਬੇ ਨੇ ਕਿਹਾ ਵੀ ਬਹਿ ਕੇ ਪਾਠ ਨਾ ਕਰੀ ਖਲੋਕੇ ਪਾਠ ਜ਼ਿਆਦਾ ਲੱਗਦਾ ਇਦਾਂ ਲੜਕੀ ਵੀ ਇੱਕ ਨੁਕਰੇ ਪਾਠ ਖਲੋਕੇ ਕਰ ਰਹੀ ਹੈ ਲੜਕਾ ਵੀ ਖਲੋਕੇ ਪਾਠ ਕਰ ਰਿਹਾ ਇਦਾਂ ਕਈ ਇਦਾਂ ਦੇ ਕੰਮ ਕਰਦੇ ਸੀ ਘਰੋਂ ਡਰਾਈਵਰ ਨੂੰ ਕਹਣਾ ਗੱਡੀ ਲੈ ਕੇ ਚੱਲ ਜਾ ਮੈਂ ਨਾਲ ਤੁਰ ਕੇ ਆਉਂਗਾ ਵੀ ਸ਼ਾਇਦ ਗੁਰੂ ਹਰਿਕ੍ਰਿਸ਼ਨ ਪਾਸ਼ਾ ਬਾਹਰ ਬੰਗਲਾ ਸਾਹਿਬ ਦੇ ਬੈਠੇ ਹੋਣਗੇ ਜੱਫੀ ਪਾਉਣਗੇ ਤੇ ਮੱਥਾ ਚੁੰਮਣਗੇ ਉਹ ਸਿੱਖਾ ਆਤਰੇ ਮੈਂ ਚਰਨਾ ਤੇ ਸੀ ਚਕਾਵਾਂ ਤੂੰ ਪੈਦਲ ਤੁਰ ਕੇ ਉਹ ਭਲਿਆ ਜਦੋਂ ਤੇਰੇ ਕੋਲ ਸਾਧਨ ਦਿੱਤੇ ਹੋਏ ਨੇ ਸਾਧਨ ਤੇ ਚੜ ਕੇ ਆ ਸਵਾਰੀ ਕਰਕੇ ਆ ਤੇ ਇਸ ਸਮੇਂ ਨੂੰ ਕਿਸੇ ਚੰਗੇ ਕਾਮਰ ਤੇ ਲਾ ਇਹਨਾਂ 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 ਇਸ ਤਪ ਦੇ ਨਾਲ ਤੇਰੇ ਤੇ ਮਾਲਕ ਖੁਸ਼ ਹੋਣ ਵਾਲਾ ਨਹੀਂ ਪਾ ਗੁੱਪੇ ਤਣਾ ਆਪਣਾ ਕੀ ਆ ਕਮਾਣਾ ਅਲਮਲ ਖਾਈ ਸਰਛਾਈ ਪਾਈ ਮੂਰਖੰਦੇ ਪਤਕਵਾਈ ਜੇ ਜੁੱਤੀ ਦਿੱਤੀ ਤੇ ਪੈਰੀ ਪਾ ਕੇ ਆ ਕੱਲ ਨੂੰ ਨੰਗੇ ਪੈਰੀ ਆ ਕੇ ਨਮੂਨਿਆ ਹੋ ਗਿਆ ਤੇ ਐਵੇਂ ਨਾ ਕਹਿੰਦਾ ਫਰੀ ਹੁਣ ਮੰਨ ਲਓ ਇੱਕ ਬੰਦਾ ਨੰਗੇ ਪੈਰੀ ਗੁਰਦੁਆਰੇ ਆਉਂਦਾ ਹੋਵੇ ਉਹ ਨੰਗੇ ਪੈਰੀ ਆਉਣ ਕਾ ਸਨ ਚੜ ਗਈ ਤੇ ਉਹਨੂੰ ਮੋਨੀਆਂ ਹੋ ਗਿਆ ਉਹਨੂੰ ਤੇ ਰਿਸ਼ਤੇਦਾਰ ਉਹਦੀ ਰੋਟੀ ਲੈ ਕੇ ਗਏ ਹਸਪੀਟਲ ਮਿਲਣ ਗਏ ਨਾਲੇ ਫਰੂਟ ਲੈ ਕੇ ਗਏ ਨਾਲੇ ਉਹਨੂੰ ਇਦਾਂ ਕਹਿਣ ਸਾਨੂੰ ਹੋ ਜਾਂਦਾ ਨਮੂਨੀਆਂ ਅਸੀਂ ਕਿਹੜਾ ਗੁਰਦਾਰੇ ਜਾਂਦੇ ਆ ਨਾ ਹੀ ਪਾਠ ਕਰੀਏ ਨਾ ਪੂਜਾ ਕਰੀਏ ਤੇਰੇ ਵਰਗੇ ਗੁਰਮੁਖ ਪਿਆਰੇ ਨੂੰ ਕਿਉਂ ਨਮੂਨੀਆਂ ਹੋਇਆ ਤੂੰ ਜ ਤੜਕੇ ਉੱਠ ਕੇ ਗੁਰਦਾਰੇ ਜਾਣਾ ਤੂੰ ਉੱਥੇ ਹੋਣ ਜੇ ਜੇ ਅਗੇ ਮਾਲਕ ਕਹਿੰਨ ਵੀ ਇਹਨੂੰ ਮੈਂ ਕਿਹਾ ਸੀ ਵੀ ਨੰਗੇ ਪੈਰੀ ਚੱਲ ਪਾ ਗੁੱਪੇ ਤਾਣਾ ਆਪਣਾ ਕੀਆ ਕਮਾਣਾ ਵੀਰ ਨੰਗੇ ਪੈਰੀ ਆਪਣੀ ਮਰਜ਼ੀ ਨਾਲ ਆਉਂਦਾ ਸੀ ਜਦੋਂ ਗੁਰਦਵਾਰੇ ਜੋੜਾ ਘਰ ਬਣਾਇਆ ਤੂੰ ਜੋੜਾ ਜਮਾਂ ਕਰਾ ਦੇ ਜੁੱਤੀ ਜਮਾਂ ਕਰਾ ਦੇ ਉੱਥੇ ਪਰ ਦੱਸਣਾ ਨਾ ਵੀ ਮੈਂ ਵੱਡਾ ਸੇਵਾਦਾਰਾਂ ਵਿੱਚ ਮੈਂ ਤੇ ਨੰਗੇ ਪੈਰੀ ਆਉਣਾ ਉਹ ਤੋਂ ਇਹ ਇਹ ਇਦਾਂ ਦੇ ਪਖੰਡ ਸਾਡੇ ਕੋਲੋਂ ਬੜੇ ਕਰਵਾਏ ਜਾ ਰਹੇ ਆ ਬਹੁਤ ਕਿਸਮ ਦੇ ਲੋਕ ਜਪ ਤਪ ਕਰ ਰਹੇ ਆ ਗ੍ਰੰਥਾਂ ਦਾ ਪਾਠ ਕਰ ਰਹੇ ਆ ਤਪ ਤਾ ਰਹੇ ਆ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਹੁ ਦਾਸ ਅਸੰਖ ਕਿਸਮ ਦੇ ਲੋਕ ਆ ਗੁਰਦਵਾਰੇ ਚ ਵੀ ਯੋਗਾ ਸ਼ੁਰੂ ਹੋ ਗਿਆ ਗਿਆਤ ਕਈ ਗੁਰਦੁਆਰਿਆਂ ਤੁਸੀਂ ਉਹ ਕਿਦਾਂ ਜੋਗ ਜੋਗ ਦੀਆਂ ਕਲਾਸਾਂ ਉੱਦਾਂ ਤੁਸੀਂ ਹੋਰ ਕੰਮ ਕਰ ਲਓ ਗੁਰਮਤਿ ਦੀ ਕਲਾਸ ਲਾਉਣ ਲੱਗਿਆਂ ਪ੍ਰਬੰਧਕਾਂ ਨੂੰ ਮੌਤ ਪੈ ਜਾਂਦੀ ਜਦੋਂ ਅਸੀਂ ਕਈ ਵਾਰੀ ਕਿਸ ਨੂੰ ਕਹਿੰਦੇ ਵੀ ਤੁਸੀਂ ਬੱਚਿਆਂ ਦੀ ਕਲਾਸ ਲਾਇਆ ਕਰੋ ਗੁਰਦੁਆਰੇ ਉਨੇ ਜੀ ਬੱਚੇ ਦਰੀਆਂ ਖਰਾਬ ਕਰਦੇ ਆ ਅੱਛਾ ਬੱਚਿਆਂ ਨੂੰ ਪੜਾਉਣ ਲਈ ਕੋਈ ਗਰੰਤੀ ਚਾਏ ਬਿਨਾ ਕਿਸੇ ਪ੍ਰਬੰਧਕ ਨੂੰ ਜੀ ਮੈਂ ਪ੍ਰਬੰਧ ਕਰੂੰਗਾ ਮੈਨੂੰ ਇਦਾਂ ਬੱਚਿਆਂ ਨੂੰ ਪੜਾਉਣ ਵਾਸਤੇ ਦਿਓ ਤਾਂਵੇਂ ਪ੍ਰਬੰਧਕ ਹੋਣਗੇ ਜਿਹੜੇ ਕਹਿਣਗੇ ਵਧੀਆ ਗੱਲ ਹੈ ਜੀ ਪੜਾਓ ਬੱਚਿਆਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਪੀੜ੍ਹੀ ਤਿਆਰ ਹੋਵੇ ਤੇ ਆਉਣ ਵਾਲੇ ਸਮੇਂ ਚ ਇਹ ਵਾਰਸ ਬਣ ਸਕੇ ਸਿੱਖੀ ਦੀ ਇਹ ਸਭ ਪ੍ਰਬੰਧ ਸਾਂਭ ਸਕੇ ਪਰ ਨਹੀਂ ਕੁਝ ਕਮੇਟੀਆਂ ਹੋਣਗੀਆਂ ਜਿਹੜੀਆਂ ਬੱਚਿਆਂ ਨੂੰ ਪੜਾਉਣ ਵਾਸਤੇ ਕਿਸੇ ਗ੍ਰੰਥੀ ਪ੍ਰਚਾਰਕ ਨੂੰ ਉਤਸ਼ਾਹਿਤ ਕਰਨਗੀਆਂ ਪਰ ਉਹਦਾ ਯੋਗ ਦੀਆਂ ਕਲਾਸਾਂ ਲਾ ਲੋ ਅ ਯੋਗ ਦੇ ਕਈ ਸਮਾਗਮ ਹੁੰਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਥਾਵਾਂ ਤੇ ਕੀਤੇ ਜਾਂਦੇ ਨੇ ਤੋਂ ਫਿਰ ਗੱਲ ਨੂੰ ਸਮਝਿਓ ਇੱਥੇ ਸ਼ਬਦ ਵਰਤੇ ਜਾ ਰਹੇ ਆ ਬੜੇ ਲੋਕ ਆਪਣੇ ਆਪ ਨੂੰ ਇਹ ਦਾਵਾ ਕਰਦੇ ਆ ਸੰਖ ਯੋਗ ਮਨ ਰਹੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਭਗਤ ਗੁਣਾ ਦੀ ਵਿਚਾਰ ਕਰਨ ਦਾ ਦਾਵਾ ਕਰਨ ਵਾਲੇ ਵੀ ਸੰਸਾਰ ਤੇ ਆ ਗਏ ਆ ਤੋਂ ਪਾਤਸ਼ਾਹ ਕਹਿੰਦੇ ਨੇ ਅਸੰਖ ਸਤੀ ਅਸੰਖ ਦਾਤਾਰ ਅਸੰਖ ਆਪਣੇ ਆਪ ਨੂੰ ਦਾਤੇ ਕਹਿਣ ਵਾਲੇ ਹੁਣ ਜੇ ਅਸੰਖ ਦਾਤੇ ਆ ਤੇ ਚੋਰੀ ਕੌਣ ਕਰ ਗਿਆ ਜਾਨੀ ਕਿ ਹੋ ਸਕਦਾ ਉਹ ਚੋਰ ਹੀ ਦਾਤਾ ਹੋਵੇ ਆ ਗੱਲ ਇਦਾਂ ਜੋੜਿਓ ਪਹਿਲਾਂ ਚੋਰੀ ਕਰ ਲੈਣੀ ਇੱਥੋਂ ਚੋਰੀ ਕਰ ਲੈਣੀ ਉੱਥੇ ਜਾ ਕੇ ਦਾਤਾ ਬਣ ਜਾਣਾ ਆ ਤੁਸੀਂ ਵੇਖਣਾ ਕਈ ਲੀਡਰ ਕੰਬਲ ਬੰਨਣ ਲੱਗੇ ਆ ਫੋਟੋਆਂ ਲਾਉਣਗੇ ਤੇ ਕੰਬਲ ਲਾਏ ਵੀ ਤੇ ਉਹਨਾਂ ਗਰੀਬਾਂ ਦੇ ਹੀ ਆ ਉਹਨਾਂ ਦੇ ਕੰਬਲ ਵੰਡ ਅਸਾ ਕੰਬਲ ਲਾਉਣ ਲੱਗਿਆ ਫੋਟੋ ਨਹੀਂ ਆਉਣੀ ਖ਼ਬਰ 'ਚ ਪਰ ਵੰਡਣ ਲੱਗਿਆ ਜ਼ਰੂਰ ਆਉਣੀ ਚਾਹੀਦੀ ਆ ਰਾਸ਼ਨ ਵੰਡਣ ਲੱਗਿਆ ਵੀ ਆ ਤੁਸੀਂ ਵੇਖੋ ਨਾ ਕੋਰੋਨਾ ਵਾਇਰਸ ਵੇਲੇ ਕਿਦਾਂ ਕੁਝ ਹੋਇਆ ਜਦੋਂ ਵਾਇਰਸ ਫੈਲਿਆ ਤੇ ਕਿਦਾਂ ਕਈ ਬਹੁਤ ਬੰਦਿਆਂ ਨੇ ਸੇਵਾਵਾਂ ਕੀਤੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੋ ਨਹੀਂ ਕੀਤਾ ਕਿ ਅਸੀਂ ਕੁਝ ਕੀਤਾ ਤੇ ਕਈ ਐਸੇ ਵੀ ਹੈਗੇ ਆ ਜਿਹੜੇ ਦੇ ਕੇ ਥੋੜਾ ਜਿਹਾ ਤੇ ਆ ਇਦਾਂ ਫੋਟੋ ਲਾ ਕੇ ਤੇ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਆ ਉਹਨੂੰ ਦੱਸ ਦਿੰਦੇ ਆ ਵੀ ਭਾਈ ਆ ਆ ਕਿਸੇ ਨੇ ਕੰਮ ਕੀਤਾ ਤੋ ਇਦਾਂ ਦਾ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਇਤੋਂ ਸਾਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤੋ ਫਿਰ ਗੱਲ ਨੂੰ ਸਮਝੋ ਬਹੁਤ ਬੰਦੇ ਆ ਪਿੰਡਾਂ ਸ਼ਹਿਰਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਹੁਣ ਦਾਤੇ ਕਿਹੜੇ ਇੱਕ ਬੰਨੇ ਦਾਤੇ ਆ ਦੂਜੇ ਬੰਨੇ ਚੋਰ ਉਹ ਹੁਸਦਾ ਇਧਰੋਂ ਚੋਰੀ ਕਰ ਲ ਜੇ ਮਲਕ ਭਾਗੋ ਦੀ ਆਪਾਂ ਗੱਲ ਕੀਤੀ ਇੱਕ ਬੰਨੇ ਠੱਗੀਆਂ ਮਾਰੀ ਜਾਂਦਾ ਦੂਜੇ ਬੰਨੇ ਲੰਗਰ ਲਾ ਕੇ ਬੈਠਾ ਪਾਤਸ਼ਾ ਤਾਈਓ ਗੁਰਨਾਨ ਦੇਵ ਸਾਹਿਬ ਨੇ ਕਹਤਾ ਨਾ ਵੀ ਆਈਡੀਆਂ ਤੂੰ ਰੋਟੀਆਂ ਖਵਾ ਰਿਆ ਨਾ ਇਹ ਚ ਗਰੀਬਾਂ ਦਾ ਖੂਨ ਹੈ ਅ ਮੈਨੂੰ ਆ ਆ ਭਾਈ ਲਾਲੋ ਨੇ ਤੇਰੇ ਵਾਂਗੂੰ ਲੰਗਰ ਉਹਦੀ ਕਮਾਈ ਦੁੱਧ ਵਰਗੀ ਚਿੱਟੀ ਆ ਕਿਉਂਕਿ ਉਹ ਵੇਖਲਾ ਹੁਣ ਵੇਖਲਾ ਉਹਨੇ ਲੰਗਰ ਨਹੀਂ ਲਾਇਆ ਮੈਂ ਉਹਦੇ ਘਰ ਆਪੇ ਚਲੇ ਗਿਆ ਤੂੰ ਲੰਗਰ ਲਾਇਆ ਮੈਂ ਤੇਰੇ ਘਰ ਕਿਉਂ ਨਹੀਂ ਆਇਆ ਕਿਉਂਕਿ ਤੂੰ ਦੂਜਿਆਂ ਦੀ ਕਮਾਈ ਲੁੱਟ ਖਸੁੱਟ ਕਰਕੇ ਵਿਖਾਵਾ ਕਰਦਾ ਹੁੰਦੇ ਕਿ ਜਾਂ ਡਰੱਗ ਵੇਚਣ ਵਾਲੇ ਸਮੈਕਾ ਵੇਚਣ ਵਾਲੇ ਬੇਈਮਾਨੀ ਦਾ ਧੰਦਾ ਕਰਨ ਵਾਲੇ ਸਾਜ ਇੱਕ ਵਾਰੀ ਸਮਾਗਮ ਨਹੀਂ ਕਰਾਉਂਦੇ ਘਰ ਜਿਦਾ ਬਾਬਾ ਜੀ ਆਉਂਦੇ ਚਿਮਟੇ ਖੜਕਦੇ ਇਦਾਂ ਦਲੇਬੀ ਕੋਦੇ ਲੰਗਰ ਲੱਗਦੇ ਆ ਇਦਾਂ ਵੱਡੇ ਵੱਡੇ ਆਣ ਕੇ ਇਦਾਂ ਫਿਰ ਆਣ ਕੇ ਅ ਗਾਲਾਂ ਚ ਹਜੂਰੀ ਆ ਪਾ ਕੇ ਫਿਰ ਇਦਾਂ ਅਰਦਾਸਾ ਕਰਦੇ ਮਹਾਰਾਜ ਦਿਨ ਦੁਗ ਜੋ ਗੁਣੀਤਰ ਕੀ ਬਖਸ਼ੋ ਜਾਣੇ ਕਿ ਜਿਹੜੇ ਥੋੜੇ ਬਹੁਤੇ ਲੋਕ ਨਸ਼ਾ ਕਰਨ ਨੂੰ ਰਹਿ ਗਏ ਆ ਉਹ ਵੀ ਲੱਗ ਜਾਣ ਤੇ ਇਹ ਆਪਣੇ ਕਾਰੋਬਾਰੇ ਖੜੇ ਕਰਨ ਲੋਕੀ ਪੈਣ ਟਟੇ ਖੂਜ ਅਸੰਖ ਸਤੀਆ ਸੰਖ ਦਾਤਾਰ ਅਸੰਖ ਸੂਰ ਮੂੰਹ ਭਾਕਸਾਰ ਅਸੰਖ ਸੂਰ ਮੇਖਉਣ ਵਾਲੇ ਜਿਹੜੇ ਆਪਣੇ ਸਰੀਰ ਦੇ ਉੱਤੇ ਆਪਣੇ ਮੂੰਹ ਦੇ ਉੱਤੇ ਵੱਡੇ ਵੱਡੇ ਹਥਿਆਰਾਂ ਦੇ ਫਟ ਸਹਿਣ ਵਾਲੇ ਇਹ ਜਿਹੜੇ ਸੂਰਮੇ ਹੈਗੇ ਆ ਤਾਂ ਫਿਰ ਪਾਤਸ਼ਾਹ ਬਖਸ਼ਿਸ਼ ਕਰਦੇ ਆ ਜਿੱਥੇ ਇੰਨਾ ਕੁਝ ਹੈਗਾ ਇਹ ਚੋਰ ਬੇਈਮਾਨ ਕਿੱਥੋਂ ਆ ਗਏ ਇਹ ਆਪਾਂ ਆਉਣ ਵਾਲੀ ਜਿਹੜੀ ਅਗਲੀ ਪੌੜੀ ਆਏ 18 ਨੰਬਰ ਪੌੜੀ 'ਚ ਆਪਾਂ ਸਮਝਣ ਦਾ ਯਤਨ ਕਰਾਂਗੇ ਪਾਦਸ਼ਾਹ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਵੀ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੀ ਪਾਇਆ ਮੇਰੀ ਕੀ ਕੁਦਰਤ ਹੈ ਕਿ ਮੈਂ ਤੁਹਾਡੇ ਬਿਆਨਤ ਪਸਾਰੇ ਨੂੰ ਬਿਆਨ ਕਰ ਸਕਾਂ ਵਾਰਿਆ ਨਾ ਜਾਵਾਂ ਇੱਕ ਵਾਰ ਜੋਤੁ ਤੁਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਹੈ ਮੇਰੇ ਮਾਲਕ ਜੀ ਮੇਰੇ ਤੇ ਬਖਸ਼ਿਸ਼ ਕਰੋ ਮੈਂ ਤੁਹਾਡੀ ਉਸ ਰਜਾ ਨੂੰ ਤੁਹਾਡੀ ਉਸ ਕਾਰ ਨੂੰ ਤੁਹਾਡੇ ਉਸ ਹੁਕਮ ਦੀ ਪਾਲਣਾ ਕਰਕੇ ਸਚਿਆਰੇ ਦਾ ਰੂਪ ਬਣਨ ਦੀ ਕੋਸ਼ਿਸ਼ ਕਰਾਂ ਮੇਰੇ ਜੀਵਨ ਦੇ ਵਿੱਚ ਗੁਣ ਆ ਸਕਣ ਅੱਜ ਆਪਾਂ 17 ਨੰਬਰ ਪੌੜੀ ਦਾ ਪਾਠ ਵਿਚਾਰਾਂ ਸਰਵਣ ਕੀਤੀਆਂ ਨੇ ਸਾਰਿਆਂ ਦਾ ਧੰਨਵਾਦ ਤੁਸੀਂ ਰੋਜ਼ ਰੋਜ਼ਾਨਾ ਸਮਾਂ ਕੱਢ ਕੇ ਲੜੀਵਾਰ ਵਿਚਾਰ ਸਰਵਣ ਕਰ ਰਹੇ ਹੋ ਪਰ ਨਾਲ ਨਾਲ ਬੇਨਤੀ ਹੈ ਆਪ ਜਰੂਰ ਪੜੋ ਅਰਥ ਪੜੋ ਚੰਗੀਆਂ ਕਿਤਾਬਾਂ ਆਪਣੇ ਘਰਾਂ ਚ ਰੱਖੋ ਗੁਰਬਾਣੀ ਦਾ ਸਹਿਜ ਪਾਠ ਕਰੋ ਇਹ ਬਹੁਤ ਹੀਰੇ ਜਵਾਹਰਾਤ ਮੋਤੀ ਜਿਹੜੇ ਅਸੀਂ ਗੁਰਬਾਣੀ ਦੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਪੈਦਾ ਕਰ ਸਕਦੇ ਹਾਂ ਸਾਰਿਆਂ ਦਾ ਧੰਨਵਾਦ ਫਤਿਹ ਬਲਾਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ